ਸਾਹਿਤ ਰੂਪ ਤੋਂ ਮਦਦ ਲੈ ਸਕਦੇ ਆ। ਆਕਾਸ਼ਵਾਣੀ, ਦੂਰਦਰਸ਼ਨ, ਸਿਨੇਮਾ, ਰੰਗਮੰਚ ਅਜਿਹੇ ਖੇਤਰਾਂ ਦੇ ਲਈ ਬੱਚੇ ਛੋਟੀ ਉਮਰ ਤੋਂ ਹੀ ਤਿਆਰ ਹੋ ਜਾਣਗੇ। ਜੇ ਉਹ ਇਸ ਸਾਹਿਤ ਰੂਪ ਦੇ ਨਾਲ ਜੁੜਦੇ ਨੇ ਤਾਂ ਕਿੱਤਾ ਆਪਣਾ ਕੰਮ ਚੁਣਨ ਦੇ ਵਿੱਚ, ਇਹਨਾਂ ਖੇਤਰਾਂ ਦੇ ਨਾਲ ਜੁੜੇ ਹੋਏ ਕੰਮ ਜਿਹੜੇ ਨੇ ਉਹ ਬਾਖੂਬੀ ਚੁਣ ਸਕਦੇ ਨੇ। ਜੇ ਉਹਨਾਂ ਦੀ ਰੁਚੀ, ਉਹਨਾਂ ਦੀ ਦਿਲਚਸਪੀ ਛੋਟੀ ਉਮਰ ਦੇ ਵਿੱਚ ਹੀ, ਛੋਟੀਆਂ ਜਮਾਤਾਂ ਤੋਂ ਹੀ, ਸਕੂਲ ਪੱਧਰ ਤੋਂ ਹੀ ਇਸ ਸਾਹਿਤ ਰੂਪ ਦੇ ਨਾਲ ਹੋ ਜਾਂਦੀ ਆ, ਤਾਂ ਫਿਰ ਇਹ ਸਾਹਿਤ ਰੂਪ ਹੋਰ ਕਿਸ ਤਰ੍ਹਾਂ ਦੇ ਨਾਲ ਮਦਦ ਕਰਦਾ? ਮਨੋਵੇਗਾਂ ਨੂੰ ਸਹੀ ਦਿਸ਼ਾ ਦੇਣ ਦੀ ਮਦਦ ਕਰਦਾ। ਬੱਚਿਆਂ ਦੇ ਵਿੱਚ ਸਵੈ ਪ੍ਰਦਰਸ਼ਨ, ਸਵੈ ਪ੍ਰਗਟਾਵਾ, ਸੱਤਾ ਕਾਇਮੀ ਦੀ ਪ੍ਰਬਲ ਇੱਛਾ ਜੋ ਮਨਾਂ 'ਚ ਹੁੰਦੀ ਆ, ਉਹਨਾਂ ਨੂੰ ਬਾਹਰ ਕੱਢਦਾ, ਉਹਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਦਾ। ਸੋ ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਸਾਹਿਤ ਰੂਪ ਹੈ, ਜੇ ਅਸੀਂ ਗੱਲ ਕਰੀਏ ਆਪਣੇ ਉਦੇਸ਼ਾਂ ਦੀ ਪੂਰਤੀ ਦੇ ਲਈ, ਅਧਿਆਪਕਾਂ, ਵਿਦਿਆਰਥੀਆਂ ਸਾਰਿਆਂ ਨੂੰ ਸੇਧ ਦੇਣ ਵਾਲਾ ਜਿਹੜਾ ਵਿਸ਼ਾ ਇਹੋ ਨਿਬੜਦਾ। ਬੱਚਿਓ, ਅਸੀਂ ਇਸ ਦੇ ਬਾਰੇ ਵਿੱਚ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਕਿ ਕਿਸ ਤਰ੍ਹਾਂ ਨਾਟਕ ਕਲਾ ਦਾ ਗਿਆਨ ਸਾਨੂੰ ਇਹ ਵਿਸ਼ਾ ਕਰਵਾ ਦਿੰਦਾ, ਸਮਾਜਿਕ ਜੀਵਨ ਦੇ ਯੋਗ ਸਾਨੂੰ ਬਣਾ ਦਿੰਦਾ, ਘਰੇਲੂ ਇੱਕ ਦੂਸਰੇ ਦੇ ਨਾਲ ਵਿਵਹਾਰ ਕਰਨਾ। ਪਰ ਇਹ ਜਿਹੜਾ ਸਾਹਿਤ ਰੂਪ ਹੈ, ਇਹ ਪੜ੍ਹਨ ਦੇ ਨਾਲੋਂ ਰੰਗਮੰਚ ਦੇ ਲਈ ਹੀ ਲਿਖਿਆ ਜਾਂਦਾ ਅਤੇ ਰੰਗਮੰਚ 'ਤੇ ਖੇਡਣ ਦੇ ਲਈ ਹੀ ਬਣਾਇਆ ਜਾਂਦਾ। ਕੁਝ ਜਿਹੜੇ ਵਿਦਵਾਨ ਨੇ ਪ੍ਰਸਿੱਧ, ਉਹਨਾਂ ਦੇ ਅਨੁਸਾਰ ਕਿ ਪੂਰਾ ਜਗਤ ਜਿਹੜਾ ਉਹ ਹੀ ਤਮਾਸ਼ਾ, ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇ ਵਿਚਾਰ ਸੀ, ਉਹਨਾਂ ਦਾ ਸੀ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਜਿਵੇਂ ਪੂਰਾ ਸੰਸਾਰ ਹੀ ਇੱਕ ਤਮਾਸ਼ਾ ਹੈ, ਇਸੇ ਤਰ੍ਹਾਂ ਇਹ ਜਿਹੜਾ ਸਾਹਿਤ ਰੂਪ ਹੈ, ਸਿਰਫ ਰੰਗਮੰਚ 'ਤੇ ਸਾਕਾਰ ਹੀ ਵਧੀਆ ਤਰੀਕੇ ਦੇ ਨਾਲ ਹੁੰਦਾ। ਇਵੇਂ ਹੀ ਪ੍ਰਸਿੱਧ ਨਾਟਕਕਾਰ ਸ਼ੇਕਸਪੀਅਰ ਜੀ ਦੇ ਅਨੁਸਾਰ ਸਾਰਾ ਸੰਸਾਰ ਇੱਕ ਰੰਗਮੰਚ ਹੈ, ਆਲ ਦਾ ਵਰਲਡ ਇਜ਼ ਅ ਸਟੇਜ। ਤੋ ਸਟੇਜ ਦੇ ਰਾਹੀਂ, ਰੰਗਮੰਚ ਦੇ ਰਾਹੀਂ, ਇਸ ਸਾਹਿਤ ਰੂਪ ਦੇ ਜ਼ਰੀਏ ਬਹੁਤ ਕੁਝ ਸਿੱਖਿਆ ਜਾ ਸਕਦਾ। ਡਾਕਟਰ ਹਰਚਰਨ ਸਿੰਘ ਜੀ ਦੇ ਅਨੁਸਾਰ ਨਾਟਕ ਸਾਹਿਤ ਜਾਂ ਇਕਾਂਗੀ ਸਾਹਿਤ ਦਾ ਸਭ ਤੋਂ ਵੱਡਾ ਉਸਤਾਦ ਮੰਚ ਹੀ ਹੁੰਦਾ। ਸਟੇਜ 'ਤੇ ਖੇਡਿਆਂ ਹੀ ਉਸਦਾ ਪਤਾ ਲੱਗਦਾ, ਰੰਗਸ਼ਾਲਾ ਦੇ ਵਿੱਚ ਬੈਠੇ ਦਰਸ਼ਕ ਹੀ ਉਹਦੇ ਸਹੀ ਆਲੋਚਕ ਹੁੰਦੇ ਆ। ਇਹ ਜਿਹੜੀਆਂ ਰਚਨਾਵਾਂ ਨੇ, ਇਹ ਜਿਹੜੇ ਸਾਹਿਤ ਰੂਪ ਨੇ, ਇਕਾਂਗੀ ਸਾਹਿਤ ਰੂਪ, ਨਾਟਕ ਸਾਹਿਤ ਰੂਪ, ਇਹਨਾਂ ਦੀ ਅਸਲੀ ਪਰਖ ਮੰਚ 'ਤੇ ਪੇਸ਼ਕਾਰੀ ਤੋਂ ਬਾਅਦ ਹੀ ਹੈ। ਸੋ ਬੱਚਿਓ, ਅੱਜ ਦਾ ਜਿਹੜਾ ਇਹ ਵਿਸ਼ਾ ਸੀ, ਇਕਾਂਗੀ ਸਾਹਿਤ ਰੂਪ ਦੇ ਵਿਸ਼ੇ ਵਸਤੂ ਬਾਰੇ ਅਤੇ ਉਦੇਸ਼ ਬਾਰੇ, ਮੇਰੀ ਖਿਆਲ ਅਨੁਸਾਰ ਤੁਸੀਂ ਭਰਪੂਰ ਜਾਣਕਾਰੀ ਇਸ ਤੋਂ ਹਾਸਿਲ ਕੀਤੀ ਹੋਏਗੀ ਅਤੇ ਤੁਸੀਂ ਆਪਣੇ ਇਸ ਵਿਸ਼ੇ ਦੇ ਨਾਲ ਪੂਰੀ ਦਿਲਚਸਪੀ ਦੇ ਨਾਲ ਜੁੜੇ ਰਹੋਗੇ। ਬਹੁਤ ਬਹੁਤ ਧੰਨਵਾਦ। ਬਾਰਵੀਂ ਜਮਾਤ ਦੇ ਪੰਜਾਬੀ 94 ਵਿਸ਼ੇ ਨਾਲ ਜੁੜੇ ਸਮੂਹ ਵਿਦਿਆਰਥੀਆਂ ਦਾ ਅੱਜ ਦੇ ਪਾਠ ਵਿੱਚ ਮੇਰੇ ਯਾਨੀ ਹਰਮੀਤ ਕੌਰ ਪੰਜਾਬੀ ਲੈਕਚਰਰ ਵੱਲੋਂ ਸਵਾਗਤ ਹੈ। ਬੱਚਿਓ, ਅੱਜ ਦਾ ਪਾਠ, ਅੱਜ ਦਾ ਵਿਸ਼ਾ ਜੋ ਅਸੀਂ ਇਸ ਲੈਕਚਰ ਦੇ ਦੌਰਾਨ ਪੜ੍ਹਨਾ ਹੈ, ਉਹ ਸਾਹਿਤ ਰੂਪ ਇਕਾਂਗੀ ਦੇ ਬਾਰੇ ਵਿੱਚ ਹੈ। ਇਕਾਂਗੀ ਸਾਹਿਤ ਰੂਪ ਤੁਹਾਡਾ ਸਾਰਿਆਂ ਦਾ ਹਰਮਨ ਪਿਆਰਾ ਸਾਹਿਤ ਰੂਪ। ਛੋਟੀਆਂ ਜਮਾਤਾਂ ਦੇ ਵਿੱਚ ਤੁਸੀਂ ਪੰਜਾਬੀ ਵਾਰਤਕ ਦੇ ਵਿੱਚ ਜਦੋਂ ਵੀ, ਜਿਸ ਵੀ ਕਲਾਸ ਦੇ ਵਿੱਚ ਇਕਾਂਗੀ ਪੜ੍ਹਿਆ ਹੈ, ਤਾਂ ਇਹ ਦੇਖਣ ਵਿੱਚ ਆਉਂਦਾ ਹੈ ਕਿ ਬੱਚੇ ਇਸ ਸਾਹਿਤ ਰੂਪ ਦੇ ਨਾਲ ਬਹੁਤ ਮਨੋਂ ਜੁੜਦੇ ਆ। ਅਤੇ ਕਲਾਸ ਦੇ ਵਿੱਚ ਹਮੇਸ਼ਾ ਇਹ ਹੁੰਦਾ ਹੈ ਕਿ ਮੈਂ ਪੜ੍ਹਾਂ ਜੀ, ਮੈਂ ਪੜ੍ਹਾਂ ਜੀ। ਇਸ ਪਾਤਰ ਦਾ ਦੀਵਾਰ ਜਿਹੜੀ ਡਾਇਲੋਗ ਨੇ, ਜਿਹੜੇ ਵਾਰਤਾਲਾਪ ਹੈ, ਉਹ ਮੈਂ ਪੜ੍ਹਨੇ ਆ ਜੀ। ਇਸ ਤਰ੍ਹਾਂ ਬੱਚਿਆਂ ਦੇ ਵਿੱਚ ਹੋੜ ਲੱਗ ਜਾਂਦੀ ਆ। ਸੋ ਇਹ ਜਿਹੜਾ ਸਾਹਿਤ ਰੂਪ ਹੈ, ਤੁਸੀਂ ਕਾਫੀ ਪਸੰਦ ਕਰਦੇ ਹੋ, ਤੁਸੀਂ ਇਸ ਦੇ ਨਾਲ ਮਨੋਂ ਜੁੜਦੇ ਹੋ। ਇਕਾਂਗੀ ਸਾਹਿਤ ਰੂਪ ਕੀ ਹੁੰਦਾ, ਇਸਦਾ ਵਿਸ਼ਾ ਵਸਤੂ ਅਤੇ ਉਦੇਸ਼, ਇਸ ਵਿਸ਼ੇ 'ਤੇ ਜਾਣਕਾਰੀ ਅੱਜ ਦੇ ਇਸ ਪਾਠ ਦਾ ਮੁੱਖ ਧੁਰਾ ਰਹੇਗੀ, ਚਰਚਾ ਦਾ ਵਿਸ਼ਾ ਰਹੇਗੀ। ਸੋ ਇਹ ਜਿਹੜਾ ਪਾਠ ਹੈ, ਇਸ ਦੇ ਵਿੱਚ ਇਕਾਂਗੀ ਸਾਹਿਤ ਰੂਪ ਨਾਟਕ ਦੇ ਨਾਲੋਂ ਕਿਵੇਂ ਵੱਖਰਾ ਹੈ ਜਾਂ ਨਹੀਂ ਹੈ, ਜਾਂ ਉਹਦਾ ਹੀ ਹਿੱਸਾ ਹੈ, ਇਸ ਬਾਰੇ ਥੋੜ੍ਹੀਆਂ ਜਿਹੀਆਂ ਗੱਲਾਂ ਅਸੀਂ ਕਰਾਂਗੇ, ਇਸ ਦੇ ਸ਼ਾਬਦਿਕ ਅਰਥਾਂ ਨੂੰ ਸਮਝਣ ਦਾ ਯਤਨ ਕਰਾਂਗੇ। ਬੱਚਿਓ, ਇਕਾਂਗੀ ਸ਼ਬਦ ਆਪਣੇ ਆਪ ਦੇ ਵਿੱਚ ਹੀ ਆਪਣੇ ਅਰਥ ਜਿਹੜੇ ਆ ਉਹ ਲੁਕੋਈ ਬੈਠਾ ਹੈ। ਇਕਾਂਗੀ ਦਾ ਮਤਲਬ ਹੈ ਇੱਕ ਅੰਗ, ਇੱਕੋ ਅੰਕ ਦੇ ਵਿੱਚ
ਖਤਮ ਹੋ ਜਾਣ ਵਾਲਾ ਨਾਟਕ ਇੱਕੋ ਅੰਕ ਦੇ ਵਿੱਚ ਸੰਪੂਰਨ ਹੋ ਜਾਣ ਵਾਲਾ ਨਾਟਕ। ਨਾਟਕ ਇੱਕ ਵੱਡਾ ਸਾਹਿਤ ਰੂਪ ਹੈ ਜਿਹਦੇ ਵਿੱਚ ਕਈ ਅੰਕ ਹੋ ਸਕਦੇ ਆ। ਬਹੁ ਅੰਗੀ ਨਾਟਕ ਹੁੰਦੇ ਨੇ, ਕਈ ਚਾਕੀਆਂ, ਕਈ ਦ੍ਰਿਸ਼ ਰੰਗਮੰਚ 'ਤੇ ਸਾਕਾਰ ਹੁੰਦੇ ਨੇ ਤਾਂ ਨਾਟਕ ਸੰਪੂਰਨ ਹੁੰਦਾ। ਪਰ ਇਕਾਂਗੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ, ਉਹ ਇੱਕੋ ਹੀ ਅੰਕ ਦੇ ਵਿੱਚ ਸਮਾਪਤ ਹੁੰਦਾ, ਛੋਟਾ ਸਾਹਿਤ ਰੂਪ ਕਹਿ ਸਕਦੇ ਹਾਂ। ਪਰ ਇਸ ਨੂੰ ਅਸੀਂ ਨਾਟਕ ਦਾ ਇੱਕ ਟੁਕੜਾ ਨਹੀਂ ਕਹਿ ਸਕਦੇ ਕਿ ਇੱਕ ਅੰਕ ਨਾਟਕ ਦਾ ਖੇਡਦਾ ਤਾਂ ਉਹ ਇਕਾਂਗੀ ਨਹੀਂ। ਇਕਾਂਗੀ ਆਪਣੇ ਆਪ ਦੇ ਵਿੱਚ ਸਾਹਿਤ ਦਾ ਇੱਕ ਸੁਤੰਤਰ ਰੂਪ ਹੈ ਅਤੇ ਇਸੇ ਦੇ ਵਾਸਤੇ ਜਿਹੜਾ ਸਮਾਨਾਰਥਕ ਸ਼ਬਦ ਅੰਗਰੇਜ਼ੀ ਭਾਸ਼ਾ 'ਚ ਪ੍ਰਚਲਿਤ ਹੈ ਉਸ ਨੂੰ ਕਹਿੰਦੇ ਨੇ ਐਕਟ। ਇੱਕੋ ਅੰਕ ਵਾਸਤੇ ਐਕਟ, ਅਲੱਗ ਅਲੱਗ ਤਰ੍ਹਾਂ ਦੇ ਐਕਟ, ਕਿੰਨੇ ਸਾਰੇ ਮਲਟੀ ਐਕਟਸ ਹੋ ਸਕਦੇ ਨੇ ਨਾਟਕ ਦੇ ਵਿੱਚ। ਪਰ ਇਕਾਂਗੀ ਦੇ ਵਿੱਚ ਇਸ ਤਰ੍ਹਾਂ ਨਹੀਂ, ਇਕਾਂਗੀ ਦੇ ਵਿੱਚ ਇੱਕੋ ਹੀ ਅੰਕ ਜਿਹੜਾ ਉਹ ਖੇਡਿਆ ਜਾਂਦਾ ਹੈ। ਕਿਸੇ ਇੱਕ ਹੀ ਘਟਨਾ ਜਾਂ ਕਿਸੇ ਇੱਕ ਸਥਿਤੀ ਦੀ ਪੇਸ਼ਕਾਰੀ ਰੰਗਮੰਚ 'ਤੇ ਹੁੰਦੀ ਆ ਜਾਂ ਜਦੋਂ ਇਕਾਂਗੀ ਲਿਖਿਆ ਜਾਂਦਾ ਤਾਂ ਉਸਨੂੰ ਵੀ ਰੰਗਮੰਚ 'ਤੇ ਖੇਡਣ ਦੇ ਹਿਸਾਬ ਦੇ ਨਾਲ ਹੀ ਇਕਾਂਗੀਕਾਰ ਉਸਦੀ ਰਚਨਾ ਕਰਦਾ ਤਾਂ ਉਸਦੇ ਵਿੱਚ ਬਹੁਤੀਆਂ ਘਟਨਾਵਾਂ ਜਾਂ ਬਹੁਤੀਆਂ ਸਥਿਤੀਆਂ ਨੂੰ ਨਹੀਂ ਲਿਆ ਜਾਂਦਾ, ਕਿਸੇ ਇੱਕ ਖਾਸ ਘਟਨਾ 'ਤੇ ਹੀ ਕੇਂਦਰਿਤ ਕੀਤਾ ਜਾਂਦਾ ਵਿਸ਼ੇ ਨੂੰ ਅਤੇ ਉਸੇ ਦੀ ਹੀ ਪੇਸ਼ਕਾਰੀ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਤਾਂ ਕਿ ਉਸਦਾ ਪ੍ਰਭਾਵ ਜਿਹੜਾ ਉਹ ਪਾਠਕਾਂ ਅਤੇ ਸਰੋਤਿਆਂ ਦਰਸ਼ਕਾਂ ਸਭ 'ਤੇ ਪੈ ਸਕੇ। ਕਿਸੇ ਇੱਕੋ ਹੀ ਘਟਨਾ ਦੇ ਉੱਪਰ, ਕਿਸੇ ਇੱਕੋ ਹੀ ਸਥਿਤੀ ਦੇ ਉੱਪਰ ਇਕਾਂਗੀ ਕੇਂਦਰਿਤ ਰਹਿੰਦਾ। ਇਕਾਂਗੀ ਸਾਹਿਤ ਦੀ ਜੇ ਗੱਲ ਕਰੀਏ ਤਾਂ ਇਹ ਵੀ ਨਾਟਕ ਸਾਹਿਤ ਦੇ ਵਿੱਚੋਂ ਹੀ ਰੂਪਮਾਨ ਹੋਇਆ ਸਾਹਿਤ ਰੂਪ ਹੈ। ਨਾਟਕ ਪਹਿਲੇ ਪ੍ਰਚਲਿਤ ਹੋਏ ਅਤੇ ਇਕਾਂਗੀ ਸਾਹਿਤ ਰੂਪ ਉਸ ਤੋਂ ਬਾਅਦ। ਇਹ ਰਵਾਇਤ ਰਹੀ ਪੱਛਮ ਦੇ ਵਿੱਚ ਕਿ ਜਦੋਂ ਨਾਟਕ ਖੇਡਣਾ ਹੁੰਦਾ ਸੀ ਤਾਂ ਦਰਸ਼ਕ ਜੁੜੇ ਹੁੰਦੇ ਸੀ ਹਾਲ ਦੇ ਅੰਦਰ ਅਤੇ ਉਹਨਾਂ ਨੂੰ ਰੁੱਝੇ ਰੱਖਣ ਲਈ ਜਦੋਂ ਤੱਕ ਅਜੇ ਨਾਟਕ ਦੇ ਅਦਾਕਾਰ ਤਿਆਰੀ ਕਰ ਰਹੇ ਹੁੰਦੇ ਸੀ ਸਟੇਜ ਦੇ ਪਿੱਛੇ ਰੰਗਮੰਚ ਦੇ ਪਿੱਛੇ ਆਪਣੀਆਂ ਆਪਣੀਆਂ ਭੂਮਿਕਾਵਾਂ ਦੇ ਅਨੁਸਾਰ ਸਟੇਜ 'ਤੇ ਆਉਣ ਦੇ ਲਈ ਤਿਆਰੀਆਂ ਕਰ ਰਹੇ ਹੁੰਦੇ ਸੀ ਤਾਂ ਦਰਸ਼ਕਾਂ ਨੂੰ ਰੁੱਝੇ ਰੱਖਣ ਦੇ ਲਈ ਉਹਨਾਂ ਦੇ ਅੱਗੇ ਕੁਝ ਨਾ ਕੁਝ ਇਕਾਂਗੀ ਦੇ ਰੂਪ ਵਿੱਚ ਛੋਟੇ ਛੋਟੀਆਂ ਝਾਕੀਆਂ ਦੇ ਰੂਪ ਦੇ ਵਿੱਚ ਇਹ ਜਿਹੜੀ ਇਕਾਂਗੀ ਸਾਹਿਤ ਰੂਪ ਹੈ ਸ਼ੁਰੂ ਹੋਇਆ, ਖੇਡਿਆ ਜਾਂਦਾ ਸੀ ਰੰਗਮੰਚ ਦੇ ਉੱਪਰ ਕਿਸੇ ਨਾ ਕਿਸੇ ਇੱਕ ਘਟਨਾ ਦੇ ਉੱਪਰ, ਕਿਸੇ ਨਾ ਕਿਸੇ ਇੱਕ ਸਥਿਤੀ ਦੇ ਉੱਪਰ ਛੋਟੇ ਨਾਟਕ ਜਿਹੜੇ ਖੇਡੇ ਜਾਂਦੇ ਸੀ। ਤਾਂ ਇਹ ਇਸ ਤਰ੍ਹਾਂ ਹੌਲੀ ਹੌਲੀ ਇਕਾਂਗੀ ਸਾਹਿਤ ਰੂਪ ਜਿਹੜਾ ਪੱਛਮ ਦੇ ਵਿੱਚ ਪ੍ਰਚਲਿਤ ਹੋਇਆ ਅਤੇ 19ਵੀਂ ਸਦੀ ਦੇ ਅਖੀਰਲੇ ਦਹਾਕਿਆਂ ਦੇ ਵਿੱਚ ਪੰਜਾਬੀ ਸਾਹਿਤ ਰੂਪ ਦੇ ਵਿੱਚ ਵੀ ਇਕਾਂਗੀ ਜਿਹੜਾ ਵੱਖਰੇ ਸੁਤੰਤਰ ਸਾਹਿਤ ਰੂਪ ਦੇ ਵਿੱਚ ਸਾਹਮਣੇ ਆਇਆ। ਜੇ ਅਸੀਂ ਵਿਦਵਾਨਾਂ ਦੇ ਵਿਚਾਰ ਲਈਏ ਇਕਾਂਗੀ ਦੇ ਬਾਰੇ ਵਿੱਚ, ਉਹ ਕਿਸ ਤਰ੍ਹਾਂ ਸਮਝਦੇ ਆ ਜਾਂ ਕੀ ਉਹਨਾਂ ਦੇ ਵਿਚਾਰ ਨੇ, ਤਾਂ ਪ੍ਰਸਿੱਧ ਵਿਦਵਾਨ ਨੇ ਸਿਡਨੀ ਸਮਿਥ, ਉਹਨਾਂ ਦੇ ਅਨੁਸਾਰ ਇਕਾਂਗੀ ਦਾ ਉਦੇਸ਼ ਇਕਹਿਰੀ ਸਥਿਤੀ ਅਤੇ ਇੱਕ ਜਾਂ ਵੱਧ ਪਾਤਰਾਂ 'ਤੇ ਕੇਂਦਰਿਤ ਹੋਣਾ ਚਾਹੀਦਾ। ਉਹਨਾਂ ਦੇ ਅਨੁਸਾਰ ਇਕਾਂਗੀ ਦਾ ਜਿਹੜਾ ਮਕਸਦ ਹੈ, ਉਦੇਸ਼ ਹੈ, ਉਹ ਇੱਕੋ ਹੀ ਚੀਜ਼ 'ਤੇ ਕੇਂਦਰਿਤ ਹੋਣਾ ਚਾਹੀਦਾ, ਇੱਕੋ ਸਥਿਤੀ ਦੇ ਉੱਪਰ। ਇੱਕ ਪਾਤਰ ਹੋਵੇ ਜਾਂ ਉਸਦੇ ਕੋਈ ਇੱਕ ਦੋ ਸਹਾਇਕ ਪਾਤਰ ਹੋਣ, ਇਸ ਤਰ੍ਹਾਂ ਹੀ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਜਿਸ ਚੀਜ਼ ਨੂੰ, ਜਿਸ ਗੱਲ ਨੂੰ ਨਿਭਾਇਆ ਜਾ ਸਕੇ ਉਹ ਇਕਾਂਗੀ ਦੇ ਵਿੱਚ ਇਕਾਂਗੀ ਦਾ ਵਿਸ਼ਾ ਹੋ ਨਿਬੜਦਾ ਜਾਂ ਇਕਾਂਗੀ ਦਾ ਉਦੇਸ਼ ਵੀ ਇਹੀ ਹੈ ਕਿ ਥੋੜ੍ਹੇ ਸਮੇਂ ਦੇ ਵਿੱਚ ਪੂਰੀ ਗੱਲ ਜਿਹੜੀ ਆ ਉਹ ਕਹਿ ਦੇਣੀ, ਪੂਰੀ ਜਿਹੜਾ ਪ੍ਰਭਾਵ ਆ ਉਹ ਛੱਡ ਦੇਣਾ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਲੋਕਾਂ ਕੋਲ ਰੁਝੇਵੇਂ ਬਹੁਤ ਨੇ ਜ਼ਿੰਦਗੀ ਦੇ ਅਤੇ ਬਹੁਤ ਲੰਬੇ ਸਮੇਂ ਤੱਕ ਬਹੁਤ ਲੰਬੇ ਨਾਟਕ ਵੇਖਣਾ ਜਾਂ ਬਹੁਤ ਲੰਬੇ ਸਮੇਂ ਤੱਕ ਕਿਸੇ ਚੀਜ਼ ਦੀ ਉਡੀਕ ਕਰਨਾ ਉਹ ਸੰਭਵ ਨਹੀਂ ਹੁੰਦਾ। ਇਸੇ ਕਰਕੇ ਹੀ ਅੱਜ ਜਿਹੜੇ ਛੋਟੇ ਸਾਹਿਤ ਰੂਪ ਨੇ ਇਕਾਂਗੀ ਅਤੇ ਕਹਾਣੀ ਇਹ ਜ਼ਿਆਦਾ ਪ੍ਰਚਲਿਤ ਨੇ, ਕਿਉਂਕਿ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਇਹ ਆਪਣਾ ਪ੍ਰਭਾਵ ਜਿਹੜਾ ਉਹ ਛੱਡ ਦਿੰਦੇ ਨੇ। ਸੰਤ ਗੋਬਿੰਦ ਦਾਸ ਜੀ ਦੇ ਸ਼ਬਦਾਂ ਵਿੱਚ ਇਕਾਂਗੀ ਜੀਵਨ ਦੀ ਕਿਸੇ ਇੱਕ ਸਮੱਸਿਆ ਦੇ ਨਾਲ ਸੰਬੰਧਿਤ ਹੋਣਾ ਚਾਹੀਦਾ। ਇਸ ਅੰਦਰ ਅੰਤਰੀਵ ਸੰਘਰਸ਼, ਗੋਂਦ ਦਾ ਸੰਗਠਨ, ਪਾਤਰ ਉਸਾਰੀ ਅਤੇ ਮਨੋਰੰਜਨ ਆਦਿ ਦੀ ਹੋਂਦ ਜ਼ਰੂਰੀ ਹੈ। ਇੱਥੇ ਫਿਰ ਉਹੀ ਗੱਲ ਆ, ਉਹਨਾਂ ਨੇ ਵੀ ਇਸੇ ਚੀਜ਼ 'ਤੇ ਕੇਂਦਰਿਤ ਕੀਤੇ ਨੇ ਆਪਣੇ ਵਿਚਾਰ ਕਿ ਇਕਾਂਗੀ ਇੱਕੋ ਹੀ ਕਿਸੇ ਸਮੱਸਿਆ ਦੇ ਨਾਲ, ਜ਼ਿੰਦਗੀ ਦੀ ਕਿਸੇ ਇੱਕ ਘਟਨਾਈ, ਕਿਸੇ ਇੱਕ ਗੱਲ, ਕਿਸੇ ਇੱਕ ਘਟਨਾ, ਕਿਸੇ ਇੱਕ ਝਲਕ ਦੇ ਨਾਲ ਸੰਬੰਧਿਤ ਹੋਣਾ ਚਾਹੀਦਾ ਅਤੇ ਇਹਦੇ ਅੰਦਰ ਇੱਕ ਸੰਘਰਸ਼ ਦਿਖਾਇਆ ਜਾਵੇ। ਜਿਹੜਾ ਪਲੋਟ ਆ, ਜਿਹੜਾ ਕਥਾਨਕ ਆ,
ਉਸ ਦੇ ਵਿੱਚ ਸੰਗਠਨ ਹੋਵੇ, ਉਹ ਇੱਕ ਤਰੀਕੇ ਦੇ ਨਾਲ ਲੜੀਬੱਧ ਤਰੀਕੇ ਦੇ ਨਾਲ ਅੱਗੇ ਚੱਲੇ, ਪਾਤਰ ਜਿਹੜੇ ਨੇ ਉਹ ਸੋਚ ਸਮਝ ਕੇ ਉਹਨਾਂ ਦੀ ਉਸਾਰੀ ਹੋਵੇ, ਕਿਉਂਕਿ ਬਹੁਤਾ ਸਮਾਂ ਨਹੀਂ ਹੈ, ਬਹੁਤੇ ਪਾਤਰ ਨਹੀਂ ਸਿਰਜੇ ਜਾ ਸਕਦੇ, ਅਤੇ ਮਨੋਰੰਜਨ ਜ਼ਰੂਰ ਹੋਵੇ। ਜਦ ਤੱਕ ਦਿਲਚਸਪੀ ਨਹੀਂ, ਜਦ ਤੱਕ ਮਨ ਪਰਚਾਵਾ ਨਹੀਂ, ਤਦ ਤੱਕ ਇਹ ਜਿਹੜਾ ਸਾਹਿਤ ਰੂਪ ਹੈ ਉਹ ਮਾਨਣ ਯੋਗ ਜਾਂ ਸਲਾਹੁਣ ਯੋਗ ਨਹੀਂ ਬਣਦਾ, ਦਰਸ਼ਕਾਂ ਦੀ ਨਜ਼ਰ ਵਿੱਚ ਅਤੇ ਪੜ੍ਹਨ ਵਾਲੇ ਪਾਠਕਾਂ ਦੇ ਮਨ ਵਿੱਚ ਵੀ। ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਰੋਸ਼ਨ ਲਾਲ ਹਹੂਜਾ ਜੀ, ਉਹਨਾਂ ਦੇ ਸ਼ਬਦਾਂ ਵਿੱਚ ਉਹ ਕਹਿੰਦੇ ਨੇ ਕਿ ਇਕਾਂਗੀ ਦੇ ਵਿੱਚ ਦਰਸ਼ਨ ਜਾਂ ਫਲਸਫੇ ਦੀ ਥਾਂ ਨਹੀਂ ਹੁੰਦੀ, ਕਿਉਂਕਿ ਇਹ ਜੀਵਨ ਦੀ ਇੱਕ ਝਲਕ ਨੂੰ ਪੇਸ਼ ਕਰਦਾ ਹੈ। ਉਹਦੇ ਵਿੱਚ ਬਹੁਤ ਜ਼ਿਆਦਾ ਵਿਚਾਰਾਂ ਨੂੰ ਥਾਂ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇਕਾਂਗੀ ਨੇ ਜ਼ਿੰਦਗੀ ਦੀ ਇੱਕ ਝਲਕ ਨੂੰ ਹੀ ਪੇਸ਼ ਕਰਨਾ ਹੈ, ਅਤੇ ਉਹ ਬਹੁਤੇ ਸਮੇਂ ਤੱਕ ਨਹੀਂ ਚਲਾਇਆ ਜਾਣਾ, ਬਹੁਤ ਥੋੜ੍ਹੇ ਸਮੇਂ ਦੇ ਵਿੱਚ ਉਸਨੂੰ ਦਿਖਾ ਦਿੱਤਾ ਜਾਂਦਾ ਹੈ, ਅਤੇ ਇਸ ਲਈ ਬਹੁਤੇ ਜਿਹੜੇ ਵਿਚਾਰ ਨੇ ਜਾਂ ਬਹੁਤ ਡੂੰਘਾ ਫਲਸਫਾ ਉਹ ਸਭ ਕੁਝ ਨਹੀਂ ਨਿਭਾਇਆ ਜਾ ਸਕਦਾ। ਉਹਨਾਂ ਦੇ ਅਨੁਸਾਰ ਇਕਾਂਗੀ ਜਿਹੜਾ ਉਹ ਥੋੜ੍ਹੇ ਸਮੇਂ ਦੇ ਵਿੱਚ ਨਿਭਾਇਆ ਜਾਣ ਵਾਲਾ ਸਾਹਿਤ ਰੂਪ ਹੈ। ਸੋ ਇਸ ਤਰ੍ਹਾਂ ਇਹਨਾਂ ਵਿਦਵਾਨਾਂ ਦੇ ਵਿਚਾਰਾਂ ਨਾਲ ਜੁੜਨ ਤੋਂ ਬਾਅਦ ਅਤੇ ਜੋ ਅਸੀਂ ਚਰਚਾ ਕੀਤੀ ਉਸ ਤੋਂ ਬਾਅਦ ਅਸੀਂ ਇਹ ਨਿਚੋੜ ਕੱਢ ਸਕਦੇ ਹਾਂ, ਸੌਖੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਇਕਾਂਗੀ ਜੀਵਨ ਦੀ ਇੱਕ ਕਾਤਰ, ਵਿਆਪਕ ਜ਼ਿੰਦਗੀ ਦਾ ਇੱਕ ਛਿਣ, ਵਿਚਾਰ ਦਾ ਇੱਕ ਪੱਖ, ਬਹੁਤੇ ਪਾਤਰਾਂ ਦੀ ਥਾਂ ਘੱਟ ਪਾਤਰਾਂ ਰਾਹੀਂ ਘੱਟ ਸਮੇਂ ਵਿੱਚ ਪ੍ਰਸਤੁਤ ਕੀਤਾ ਜਾਂਦਾ ਹੈ ਅਤੇ ਜਿਸ ਦਾ ਪ੍ਰਭਾਵ ਦਰਸ਼ਕਾਂ 'ਤੇ ਤੀਖਣ ਹੁੰਦਾ ਹੈ। ਇਕਾਂਗੀ ਸਾਹਿਤ ਰੂਪ ਨੂੰ ਥੋੜ੍ਹੇ ਪਾਤਰਾਂ ਦੀ ਮਦਦ ਦੇ ਨਾਲ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਪ੍ਰਸਤੁਤ ਕਰ ਦਿੱਤਾ ਜਾਂਦਾ, ਪਰ ਇਸ ਦਾ ਪ੍ਰਭਾਵ ਦਰਸ਼ਕਾਂ ਦੇ ਉੱਪਰ ਬਹੁਤ ਜ਼ਿਆਦਾ ਹੁੰਦਾ। ਉਹ ਨਾਟਕ ਵਾਂਗੂ ਹੀ ਇਸ ਦੇ ਵਿਸ਼ੇ ਦੇ ਨਾਲ ਜੁੜਦੇ ਨੇ ਅਤੇ ਉਸ ਦੇ ਵਿੱਚੋਂ ਜੋ ਦੱਸੀ ਜਾ ਰਹੀ ਗੱਲ ਆ, ਜੋ ਉਸਦਾ ਉਦੇਸ਼ ਹੈ ਇਕਾਂਗੀ ਦਾ, ਉਸਨੂੰ ਅਪ੍ਰਤੱਖ ਰੂਪ ਦੇ ਵਿੱਚ ਗ੍ਰਹਿਣ ਕਰ ਲੈਂਦੇ ਨੇ। ਬੱਚੇ, ਇਹ ਤਾਂ ਗੱਲ ਹੋਈ ਸਮਝਣ ਲਈ ਕਿ ਹਾਂ ਇਕਾਂਗੀ ਕੀ ਹੈ। ਸਾਡੇ ਮਨ ਦੇ ਵਿੱਚ ਇੱਕ ਸੰਕਲਪ ਬਣ ਗਿਆ, ਇੱਕ ਕੋਨਸੈਪਟ ਆ ਗਿਆ ਕਿ ਹਾਂ ਇਕਾਂਗੀ ਜਿਹੜਾ ਉਹ ਇੱਕ ਸੁਤੰਤਰ ਸਾਹਿਤ ਰੂਪ ਹੈ, ਜ਼ਿੰਦਗੀ ਦੀ ਕਿਸੇ ਇੱਕ ਘਟਨਾ ਦੇ ਨਾਲ ਸੰਬੰਧਿਤ ਹੈ, ਥੋੜ੍ਹੇ ਪਾਤਰਾਂ ਦੀ ਮਦਦ ਦੇ ਨਾਲ ਉਸਨੂੰ ਰੰਗ ਮੰਚ 'ਤੇ ਸਾਕਾਰ ਕੀਤਾ ਜਾਂਦਾ, ਇਸ ਤਰੀਕੇ ਨਾਲ ਸਾਕਾਰ ਕੀਤਾ ਜਾਂਦਾ ਕਿ ਦਰਸ਼ਕ ਉਸਦਾ ਪ੍ਰਭਾਵ ਕਬੂਲ ਲੈਂਦੇ ਨੇ। ਅਤੇ ਹੁਣ ਜੇ ਅਸੀਂ ਗੱਲ ਕਰੀਏ ਸਾਹਿਤਕ ਸ਼ਬਦਾਂ ਦੇ ਵਿੱਚ ਅਸੀਂ ਇਕਾਂਗੀ ਦੀ ਪਰਿਭਾਸ਼ਾ ਨੂੰ ਕਿਵੇਂ ਬੰਨਣਾ ਜਾਂ ਕਿਵੇਂ ਲਿਖਣਾ, ਤਾਂ ਉਹ ਜਿਹੜੇ ਸ਼ਬਦ ਨੇ ਉਹ ਤੁਹਾਡੇ ਸਾਹਮਣੇ ਸਕਰੀਨ 'ਤੇ ਇਸ ਵੇਲੇ ਮੌਜੂਦ ਨੇ। ਤੁਸੀਂ ਇਹਨਾਂ ਹੀ ਸ਼ਬਦਾਂ ਨੂੰ ਇਨ ਬਿਨ ਨੋਟ ਕਰ ਸਕਦੇ ਹੋ ਅਤੇ ਅਸੀਂ ਸਮਝਣ ਦਾ ਯਤਨ ਕਰਦੇ ਹਾਂ ਕਿ ਇਕਾਂਗੀ ਕੀ ਹੈ। ਇਕਾਂਗੀ ਉਹ ਨਾਟਕੀ ਰੂਪ ਹੈ ਜੋ ਜੀਵਨ ਦੇ ਕਿਸੇ ਖੰਡ ਜਾਂ ਟੋਟੇ ਨੂੰ ਗਿਣੇ ਚੁਣੇ ਪਾਤਰਾਂ ਰਾਹੀਂ ਪ੍ਰਭਾਵ ਅਤੇ ਕਾਰਜ ਦੀ ਏਕਤਾ ਕਾਇਮ ਰੱਖਦੇ ਹੋਏ ਸੀਮਤ ਸਮੇਂ ਵਿੱਚ ਰੰਗ ਮੰਚ ਉੱਤੇ ਸਾਕਾਰ ਕਰਦਾ ਹੈ। ਨਾਟਕ ਦਾ ਉਹ ਰੂਪ ਜੋ ਜ਼ਿੰਦਗੀ ਦੇ ਕਿਸੇ ਇੱਕ ਟੁਕੜੇ, ਕਿਸੇ ਇੱਕ ਹਿੱਸੇ ਨੂੰ ਥੋੜ੍ਹੇ ਜਿਹੇ ਪਾਤਰਾਂ ਦੀ ਮਦਦ ਦੇ ਨਾਲ ਪ੍ਰਭਾਵ ਅਤੇ ਕਾਰਜ ਦੀ ਏਕਤਾ ਨੂੰ ਕਾਇਮ ਰੱਖਦੇ ਹੋਏ ਰੰਗ ਮੰਚ 'ਤੇ, ਸਟੇਜ ਦੇ ਉੱਪਰ ਸਾਰਿਆਂ ਦੇ ਸਾਹਮਣੇ ਲਿਆ ਸਕਦਾ ਹੈ, ਸਾਕਾਰ ਕਰ ਸਕਦਾ, ਉਸ ਸਾਹਿਤ ਰੂਪ ਨੂੰ ਇਕਾਂਗੀ ਕਿਹਾ ਜਾਂਦਾ ਹੈ। ਸੋ ਮੇਰੇ ਖਿਆਲ ਨਾਲ ਬੱਚਿਓ ਤੁਸੀਂ ਇਹ ਜਿਹੜੀ ਪਰਿਭਾਸ਼ਾ ਹੈ ਉਸਨੂੰ ਨੋਟ ਕਰ ਲਿਆ ਹੋਏਗਾ ਅਤੇ ਇਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਵੀ ਲੱਗ ਗਈ ਹੋਏਗੀ। ਇੱਕ ਵਾਰ ਫਿਰ ਤੁਸੀਂ ਆਪਣੀ ਸਕਰੀਨ 'ਤੇ ਇਹੀ ਸ਼ਬਦ ਦੇਖ ਪਾ ਰਹੇ ਹੋ। ਹੁਣ ਗੱਲ ਕਰਦੇ ਹਾਂ ਇਕਾਂਗੀ ਸਾਹਿਤ ਰੂਪ ਦੇ ਵਿਸ਼ਾ ਵਸਤੂ ਬਾਰੇ। ਵਿਸ਼ੇ ਇਕਾਂਗੀ ਰਚਨਾਵਾਂ ਦੇ ਕਿਸ ਤਰ੍ਹਾਂ ਦੇ ਹੁੰਦੇ ਨੇ, ਕਿਹੋ ਜਿਹੇ ਹੋਣੇ ਚਾਹੀਦੇ ਨੇ ਅਤੇ ਜਿਸ ਤਰ੍ਹਾਂ ਦੇ ਹਨ ਹੁੰਦੇ ਹਨ ਉਹ ਕਿਉਂ ਹੁੰਦੇ ਹਨ, ਇਹ ਸਾਰੀਆਂ ਗੱਲਾਂ ਹੁਣ ਸਮਝਣ ਦਾ ਯਤਨ ਕਰਦੇ ਹਾਂ। ਬੱਚਿਓ, ਕੋਈ ਵੀ ਰਚਨਾ ਹੋਵੇ ਵਿਸ਼ਾ ਉਸਦਾ ਕੇਂਦਰੀ ਧੁਰਾ ਹੁੰਦਾ, ਉਸੇ ਤਰੀਕੇ ਦੇ ਨਾਲ ਹੀ ਇਕਾਂਗੀ ਸਾਹਿਤ ਰੂਪ ਦਾ ਵਿਸ਼ਾ ਵੀ ਉਸਦਾ ਕੇਂਦਰੀ ਧੁਰ ਹੈ, ਜਿਸ ਦੇ ਦੁਆਲੇ ਹੀ ਸਾਰੀ ਗੱਲਬਾਤ, ਸਾਰਾ ਤਾਣਾ ਬਾਣਾ ਬੁਣਿਆ ਜਾਂਦਾ। ਇਹ ਜਿਹੜਾ ਵਿਸ਼ਾ ਹੈ ਉਹ ਅਸਲ ਜੀਵਨ ਦੇ ਨਾਲ ਸੰਬੰਧਿਤ ਹੁੰਦਾ, ਜ਼ਿੰਦਗੀ ਦੇ ਵਿੱਚੋਂ ਅਸਲੀ ਘਟਨਾਵਾਂ ਜਿਹੜੀਆਂ ਉਹ ਚੁੱਕੀਆਂ ਜਾਂਦੀਆਂ ਨੇ, ਉਹਨਾਂ ਨੂੰ ਹੀ ਇਕਾਂਗੀ ਦਾ ਵਿਸ਼ਾ ਬਣਾਇਆ ਜਾਂਦਾ। ਉਹੋ ਜਿਹੇ ਵਿਸ਼ੇ ਜ਼ਿੰਦਗੀ ਦੇ ਨਾਲ ਜੁੜੇ ਹੋਏ, ਜਿਹੜੇ ਹਰੇਕ ਦੇ ਜੀਵਨ ਨਾਲ ਜੁੜੇ ਹੁੰਦੇ ਨੇ, ਉਹਨਾਂ ਨੂੰ ਹੀ ਜਾਣਨ, ਉਹਨਾਂ ਨੂੰ ਹੀ ਦੇਖਣ,
ਉਹਨਾਂ ਬਾਰੇ ਹੀ ਸਮਝਣ ਦਾ ਯਤਨ ਪੂਰੀ ਲੋਕਾਈ ਕਰਦੀ ਆ। ਜੋ ਕੁਛ ਵੀ ਸਾਡੀ ਜ਼ਿੰਦਗੀ ਦੇ ਨਾਲ ਜੁੜਿਆ ਹੁੰਦਾ ਅਸੀਂ ਉਹਦੇ ਵਿੱਚ ਹੀ ਦਿਲਚਸਪੀ ਲੈਂਦੇ ਹਾਂ। ਤਾਂ ਇਕਾਂਗੀ ਦੇ ਵਿਸ਼ੇ ਵੀ ਜ਼ਿੰਦਗੀ ਦੀਆਂ ਅਸਲ ਘਟਨਾਵਾਂ ਦੇ ਵਿੱਚੋਂ ਹੀ ਲਏ ਗਏ ਹੁੰਦੇ ਆ। ਇਕਾਂਗੀ ਜੀਵਨ ਦੀ ਕੇਵਲ ਇੱਕੋ ਘਟਨਾ ਦੀ ਪੇਸ਼ਕਾਰੀ ਹੁੰਦਾ। ਅਸੀਂ ਜ਼ਿੰਦਗੀ 'ਚ ਬਹੁਤ ਕੁਛ ਵਾਪਰਦਾ, ਸਾਰੀਆਂ ਘਟਨਾਵਾਂ ਨੂੰ ਜਾਂ ਬਹੁਤੀਆਂ ਘਟਨਾਵਾਂ ਨੂੰ ਲੈ ਕੇ ਇਕਾਂਗੀ ਦੀ ਰਚਨਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਕਾਂਗੀ ਦਾ ਮਕਸਦ ਹੀ ਇੱਕ ਘਟਨਾ ਦੀ ਪੇਸ਼ਕਾਰੀ ਆ। ਕਿਸੇ ਇੱਕ ਗੱਲ ਦੇ ਉੱਤੇ ਹੀ ਕੇਂਦਰਿਤ ਰੱਖਿਆ ਜਾਂਦਾ ਇਸ ਵਿਸ਼ੇ ਨੂੰ, ਅਤੇ ਕਿਸੇ ਇੱਕ ਘਟਨਾ ਦੀ ਹੀ ਪੇਸ਼ਕਾਰੀ ਜਿਹੜੀ ਆ ਉਹ ਇਕਾਂਗੀ ਦੇ ਵਿੱਚ ਹੋ ਸਕਦੀ ਆ। ਇਕਾਂਗੀ ਦਾ ਵਿਸ਼ਾ ਰੌਚਕ, ਦਿਲਚਸਪ ਵਿਸ਼ੇ ਹੁੰਦੇ ਆ, ਰੌਚਕ ਹੁੰਦੇ ਆ। ਇੱਕਦਮ ਹੀ ਦਰਸ਼ਕ ਉਸ ਦਾ ਪ੍ਰਭਾਵ ਕਬੂਲਦੇ ਆ, ਉਸ ਦੇ ਨਾਲ ਜੁੜ ਜਾਂਦੇ ਆ। ਸੰਜਮਮਈ ਹੁੰਦੇ ਆ, ਕਿਉਂਕਿ ਸੰਖੇਪਤਾ ਦਾ ਗੁਣ ਬਹੁਤ ਜ਼ਰੂਰੀ ਆ। ਇਹ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਖੇਡਿਆ ਜਾਣ ਵਾਲਾ ਸਾਹਿਤ ਰੂਪ ਹੈ, ਅਤੇ ਇਸ ਦੇ ਵਿੱਚ ਸੰਜਮਤਾ ਦਾ ਗੁਣ ਤਾਂ ਬਹੁਤ ਜ਼ਰੂਰੀ ਆ। ਸੋ ਵਿਸ਼ਾ ਵੀ ਉਸ ਤਰੀਕੇ ਦੇ ਨਾਲ ਹੀ ਚੁਣਿਆ ਜਾਂਦਾ ਹੈ ਇਕਾਂਗੀਕਾਰ ਦੇ ਵੱਲੋਂ, ਜਿਸ ਨੂੰ ਇਕਾਂਗੀ ਸਾਹਿਤ ਰੂਪ ਦੇ ਰਾਹੀਂ ਨਿਭਾਇਆ ਜਾ ਸਕੇ, ਥੋੜ੍ਹੇ ਸਮੇਂ ਦੇ ਵਿੱਚ ਉਸ ਗੱਲ ਨੂੰ ਕਿਹਾ ਜਾ ਸਕੇ। ਪ੍ਰਭਾਵਸ਼ਾਲੀ ਵਿਸ਼ਾ ਜਿਹੜਾ ਹੈ ਉਹ ਆਪਣਾ ਪ੍ਰਭਾਵ ਪੂਰੀ ਤਰ੍ਹਾਂ ਦੇ ਨਾਲ ਛੱਡਦਾ ਹੈ। ਇਸ ਤਰੀਕੇ ਦੇ ਜਿਹੜੇ ਵਿਸ਼ੇ ਨੇ ਉਹ ਇਕਾਂਗੀਕਾਰ ਦੇ ਵੱਲੋਂ ਚੁਣੇ ਜਾਂਦੇ ਆ, ਅਤੇ ਸਪਸ਼ਟ ਅਤੇ ਨਾਟਕੀ ਹੁੰਦੇ ਨੇ ਵਿਸ਼ੇ। ਇੱਕਦਮ ਹੀ ਪਾਠਕ ਨੂੰ ਸਮਝ ਲੱਗ ਜਾਂਦੀ ਹੈ ਕਿ ਕਿਸ ਚੀਜ਼ ਬਾਰੇ, ਕਿਸ ਮੁੱਦੇ 'ਤੇ, ਕਿਸ ਵਿਸ਼ੇ ਦੇ ਉੱਤੇ ਇਕਾਂਗੀਕਾਰ ਜਿਹੜਾ ਯਤਨ ਕਰ ਰਿਹਾ ਹੈ ਇਸ ਸਾਹਿਤ ਰੂਪ ਦੇ ਰਾਹੀਂ ਉਹਨਾਂ ਨੂੰ ਜੋੜਨ ਦਾ, ਉਹਨਾਂ ਦੇ ਮਨਾਂ ਨੂੰ ਉਸ ਵਿਸ਼ੇ ਦੇ ਨਾਲ ਜੋੜਨ ਦਾ। ਇੱਕਦਮ ਉਹ ਵਿਸ਼ਾ ਜਿਹੜਾ ਸਪਸ਼ਟ ਹੋ ਜਾਂਦਾ ਹੈ, ਕੋਈ ਲੁਕਵੀਆਂ ਗੱਲਾਂ ਨਹੀਂ ਹੁੰਦੀਆਂ, ਅਤੇ ਅਚਾਨਕ ਹੀ ਉਹਦੇ ਵਿੱਚ ਜਦੋਂ ਅੰਤ ਹੁੰਦਾ, ਨਾਟਕੀ ਅੰਤ ਹੁੰਦਾ, ਤਾਂ ਜਿਹੜੇ ਦਰਸ਼ਕ ਨੇ ਉਹ ਇੱਕਦਮ ਹੀ ਉਸਦਾ ਪ੍ਰਭਾਵ ਜਿਹੜਾ ਉਹ ਕਬੂਲਦੇ ਨੇ। ਸੋ ਵਿਸ਼ੇ ਜਿਹੜੇ ਨੇ ਇਕਾਂਗੀ ਦੇ ਉਹ ਦਿਲਚਸਪ ਹੁੰਦੇ ਨੇ, ਸੰਖੇਪਤਾ ਦਾ ਗੁਣ ਉਹਨਾਂ ਵਿੱਚ ਹੁੰਦਾ, ਅਤੇ ਬਹੁਤ ਪ੍ਰਭਾਵਸ਼ਾਲੀ ਹੁੰਦੇ ਨੇ, ਪ੍ਰਭਾਵ ਛੱਡਦੇ ਨੇ। ਵਿਸ਼ੇ ਆਮ ਤੌਰ 'ਤੇ ਲੋਕਾਂ ਦੇ ਜੀਵਨ ਵਿੱਚੋਂ ਹੀ, ਸਮਾਜ ਦੇ ਜਿਸ ਤਰ੍ਹਾਂ ਦਾ ਸਾਡਾ ਸਮਾਜਿਕ ਤਾਣਾਬਾਣ ਹੈ, ਉਸੇ ਦੇ ਵਿੱਚੋਂ ਹੀ ਵਿਸ਼ੇ ਜਿਹੜੇ ਨੇ ਉਹ ਚੁਣੇ ਜਾਂਦੇ ਨੇ। ਸਮਾਜ ਦੇ ਨਾਲ ਸੰਬੰਧਿਤ ਹੁੰਦੇ ਨੇ ਵਿਸ਼ੇ, ਰਾਜਨੀਤੀ ਦੇ ਨਾਲ ਜੁੜੇ ਹੋ ਸਕਦੇ ਨੇ, ਧਰਮ, ਮਨੋਵਿਗਿਆਨ ਜਾਂ ਫਿਰ ਇਤਿਹਾਸਿਕ ਘਟਨਾਵਾਂ ਦੇ ਵਿੱਚੋਂ ਵੀ ਇਕਾਂਗੀ ਦੇ ਵਿਸ਼ੇ ਜਿਹੜੇ ਨੇ ਉਹ ਹੋ ਸਕਦੇ ਨੇ। ਸੋ ਇਸ ਪ੍ਰਕਾਰ ਇਕਾਂਗੀਕਾਰ ਦੇ ਮਨ ਦੇ ਵਿੱਚ ਜੋ ਵਿਸ਼ਾ ਸਾਂਝਾ ਕਰਨ ਦਾ ਹੈ ਉਹ ਕਿਸੇ ਵੀ ਖੇਤਰ ਦੇ ਵਿੱਚੋਂ ਲਿਆ ਜਾ ਸਕਦਾ, ਬਸ ਉਸਦੀ ਮੁੱਢਲੀ ਜਿਹੜੀ ਲੋੜ ਹੈ ਉਹ ਇਹੀ ਆ ਕਿ ਘੱਟ ਸਮੇਂ ਦੇ ਵਿੱਚ ਜਿਹੜਾ ਨਿਭਾਇਆ ਜਾਣ ਵਾਲਾ ਸਾਹਿਤ ਰੂਪ ਹੈ ਉਹ ਵਿਸ਼ਾ ਉਸਦੇ ਨਾਲ ਇਨਸਾਫ ਕਰਦਾ ਹੋਵੇ, ਵਿਸ਼ਾ ਉਸ ਤਰੀਕੇ ਦਾ ਹੋਵੇ ਜਿਹੜਾ ਥੋੜ੍ਹੇ ਪਾਤਰਾਂ ਦੀ ਮਦਦ ਦੇ ਨਾਲ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਨਿਭਾਇਆ ਜਾ ਸਕੇ। ਸੋ ਇਕਾਂਗੀਕਾਰ ਦਾ ਜਿਹੜਾ ਆਪਣਾ ਤਜਰਬਾ ਹੈ ਜੀਵਨ ਦਾ, ਆਪਣਾ ਜਿਹੜਾ ਅਨੁਭਵ ਹੈ, ਜੋ ਉਸਦਾ ਗਿਆਨ ਹੈ, ਉਹ ਸਭ ਕੁਛ ਉਸਨੂੰ ਮਦਦ ਕਰਦੇ ਨੇ ਵਿਸ਼ਿਆਂ ਦੀ ਚੋਣ ਕਰਨ ਵਿੱਚ, ਵਿਸ਼ਿਆਂ ਦੀ ਸਾਂਝ ਪਾਉਣ ਦੇ ਵਿੱਚ। ਸੋ ਵਿਸ਼ਾ ਵਸਤੂ ਜਿਹੜਾ ਹੈ ਇਕਾਂਗੀ ਦਾ ਉਹ ਅਸਲੀ ਜ਼ਿੰਦਗੀ ਦੇ ਨਾਲ ਜੁੜੇ ਹੁੰਦੇ ਨੇ, ਅਤੇ ਕਿਸੇ ਇੱਕੋ ਘਟਨਾ ਦੀ ਪੇਸ਼ਕਾਰੀ ਦੇ ਉੱਤੇ ਕੇਂਦਰਿਤ ਹੁੰਦੇ ਨੇ। ਬੱਚਿਓ, ਹੁਣ ਅਸੀਂ ਗੱਲ ਕਰਦੇ ਹਾਂ ਇਕਾਂਗੀ ਸਾਹਿਤ ਰਚਨਾ ਦੇ ਉਦੇਸ਼ ਦੀ। ਮਕਸਦ ਕੀ ਨੇ, ਮੰਤਵ ਕੀ ਹੋ ਸਕਦਾ, ਜਾਂ ਕਿਹੜੇ ਉਦੇਸ਼ਾਂ ਦੀ ਪੂਰਤੀ ਇਕਾਂਗੀ ਸਾਹਿਤ ਰੂਪ ਦੇ ਰਾਹੀਂ ਹੁੰਦੀ ਆ। ਸੋ ਪਹਿਲੀ ਗੱਲ ਤਾਂ ਸੁਹਜ ਤ੍ਰਿਪਤੀ। ਅਸੀਂ ਕਿਸੇ ਵੀ ਰਚਨਾ ਨੂੰ ਜਦੋਂ ਪੜ੍ਹਦੇ ਹਾਂ, ਸੁਣਦੇ ਹਾਂ, ਦੇਖਦੇ ਹਾਂ, ਮਾਣਦੇ ਹਾਂ, ਤਾਂ ਉਸਨੂੰ ਮਾਣਦੇ ਪਹਿਲਾਂ ਹਰ ਰਸ ਉਸਦੇ ਵਿੱਚੋਂ ਜੋ ਵੀ ਹਾਸਲ ਹੁੰਦਾ ਉਸਨੂੰ ਮਹਿਸੂਸ ਕਰਦੇ ਹਾਂ, ਅਤੇ ਇੱਕ ਸੁੰਦਰਤਾ ਦੇ ਅਹਿਸਾਸ ਦੇ ਨਾਲ, ਇੱਕ ਮਨੋਰੰਜਨ ਦੇ ਜਿਹੜੇ ਅਹਿਸਾਸ ਹੈ ਉਹ ਸਾਡਾ ਜਿਹੜਾ ਭਰਪਾਈ ਹੁੰਦੀ ਆ ਉਸਦੀ। ਸੁਹਜ ਤ੍ਰਿਪਤੀ ਦਾ ਸਾਧਨ ਤਾਂ ਹੈ ਹੀ ਆ ਹਰੇਕ ਸਾਹਿਤ ਰੂਪ, ਉਸੇ ਤਰੀਕੇ ਦੇ ਨਾਲ ਇਕਾਂਗੀ ਵੀ ਸਭ ਤੋਂ ਪਹਿਲਾਂ ਚਾਹੇ ਸੁਹਜ ਤ੍ਰਿਪਤੀ ਦਾ ਸਾਧਨ ਹੈ, ਪਰ ਇਹ ਕਲਾ ਰੂਪ ਨਾਲ ਦੀ ਨਾਲ ਜੀਵਨ ਲਈ ਉਪਯੋਗੀ ਵੀ ਆ, ਜ਼ਿੰਦਗੀ ਦੇ ਵਿੱਚ ਸਹਾਇਕ ਵੀ ਸਿੱਧ ਹੁੰਦਾ ਸਾਨੂੰ, ਸਾਡੇ ਬਹੁਤ ਸਾਰੇ ਜੀਵਨ ਦੇ ਖੇਤਰਾਂ ਦੇ ਵਿੱਚ ਇਹ ਸਹਾਇਕ ਸਿੱਧ ਹੁੰਦਾ। ਇਕਾਂਗੀ ਚਾਹੇ ਇੱਕ ਸੰਖੇਪ ਕਲਾ ਰੂਪ ਹੈ, ਪਰੰਤੂ ਇਹ ਵੱਡੇ ਉਦੇਸ਼ਾਂ ਦਾ ਧਾਰਨੀ ਆ। ਚਾਹੇ ਛੋਟਾ ਜਿਹਾ ਸਾਹਿਤ ਰੂਪ ਹੈ, ਛੋਟਾ ਜਿਹਾ ਕਲਾ ਰੂਪ ਹੈ, ਪਰ ਇਸ ਤੋਂ ਵੱਡੇ ਉਦੇਸ਼ਾਂ ਦੀ ਪੂਰਤੀ ਜਿਹੜੀ ਆ ਉਹ ਹੋ ਜਾਂਦੀ ਆ। ਉਦੇਸ਼ ਰਚਨਾ ਦੇ ਵਿੱਚੋਂ ਅਪ੍ਰਤੱਖ ਰੂਪ ਦੇ ਵਿੱਚ ਉਜਾਗਰ ਹੁੰਦੇ ਆ। ਇਕਾਂਗੀਕਾਰ
ਇੱਕ ਜੀਵਨ ਦੀ ਕਿਸੇ ਇੱਕ ਘਟਨਾ ਦੇ ਨਾਲ ਕਿਸੇ ਇੱਕ ਸਥਿਤੀ ਦੇ ਨਾਲ ਦਰਸ਼ਕਾਂ ਨੂੰ ਜੋੜਦਾ, ਪਾਠਕਾਂ ਨੂੰ ਜੋੜਦਾ ਹੈ ਅਤੇ ਅਪ੍ਰਤੱਖ ਰੂਪ ਦੇ ਵਿੱਚ ਹੀ ਅਸਿੱਧੇ ਤੌਰ ਦੇ ਉੱਪਰ ਉਸਦਾ ਜਿਹੜਾ ਉਦੇਸ਼ ਹੈ ਉਹ ਉਜਾਗਰ ਹੁੰਦਾ। ਜਿਵੇਂ ਜਿਵੇਂ ਪਾਠਕ ਜਾਂ ਦਰਸ਼ਕ ਉਸ ਦੇ ਨਾਲ ਜੁੜਦੇ ਜਾਂਦੇ ਨੇ, ਉਸ ਵਿਸ਼ੇ ਦੇ ਨਾਲ ਸਾਂਝ ਪੈਂਦੀ ਜਾਂਦੀ ਹੈ ਅਤੇ ਉਸਦਾ ਜਿਹੜਾ ਉਦੇਸ਼ ਹੈ ਉਹ ਵੀ ਉਹਨਾਂ ਦੇ ਸਾਹਮਣੇ ਆਉਂਦਾ ਜਾਂਦਾ। ਲੇਖਕ ਦਾ ਅਨੁਭਵ ਅਤੇ ਗਿਆਨ ਰਚਨਾ ਨੂੰ ਬਹੁਤ ਪ੍ਰਭਾਵਸ਼ਾਲੀ ਬਣਾ ਦਿੰਦੇ ਨੇ। ਇਹ ਇਕਾਂਗੀਕਾਰ ਜਾਂ ਜਿਸ ਨੇ ਰਚਨਾ ਕਰਨੀ ਆ, ਜਿਸ ਲੇਖਕ ਨੇ ਇਕਾਂਗੀ ਦੀ, ਉਸਦਾ ਆਪਣਾ ਤਜਰਬਾ ਜੀਵਨ ਦੇ ਵਿੱਚ, ਉਸਦਾ ਆਪਣਾ ਕਿਹੋ ਜਿਹਾ ਦ੍ਰਿਸ਼ਟੀਕੋਣ ਹੈ, ਉਸਨੇ ਜ਼ਿੰਦਗੀ ਨੂੰ ਕਿਸ ਨਜ਼ਰੀਏ ਤੋਂ ਵੇਖਿਆ ਅਤੇ ਉਸਦੀ ਜਾਣਕਾਰੀ ਦਾ ਪੱਧਰ ਕੀ ਆ, ਇਹ ਸਾਰੀਆਂ ਚੀਜ਼ਾਂ ਇਕਾਂਗੀ ਨੂੰ ਸਾਹਿਤ ਰੂਪ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੰਦੀਆਂ ਨੇ। ਸੋ ਇਹ ਜਿਹੜੇ ਇਕਾਂਗੀ ਰਚਨਾ ਦੇ ਕੁਛ ਮੁੱਖ ਉਦੇਸ਼ ਨੇ, ਇਹਨਾਂ ਉਦੇਸ਼ਾਂ ਦੀ ਪੂਰਤੀ ਦੇ ਲਈ ਇਕਾਂਗੀ ਸਾਹਿਤ ਦੀ ਰਚਨਾ ਹੁੰਦੀ ਹੈ ਜਾਂ ਇਸ ਸਾਹਿਤ ਰੂਪ ਨੂੰ ਰਚਿਆ ਜਾਂਦਾ। ਹੁਣ ਜੇ ਅਸੀਂ ਗੱਲ ਕਰੀਏ ਕਿ ਵਿਦਿਆਰਥੀ ਜੀਵਨ ਲਈ, ਵਿਦਿਆਰਥੀਆਂ ਦੇ ਲਈ ਕਿਹੜੇ ਉਦੇਸ਼ ਜਿਹੜੇ ਨੇ ਉਹਨਾਂ ਦੀ ਪੂਰਤੀ ਹੋ ਸਕਦੀ ਹੈ ਇਕਾਂਗੀ ਸਾਹਿਤ ਰੂਪ ਦੇ ਰਾਹੀਂ, ਵਿਦਿਆਰਥੀਆਂ ਦੇ ਜੀਵਨ ਦੇ ਵਿੱਚ ਕੀ ਬਦਲਾਵ ਲਿਆਂਦੇ ਜਾ ਸਕਦੇ ਆ, ਜਾਂ ਇਸ ਸਾਹਿਤ ਰੂਪ ਨੂੰ ਪੜ੍ਹਨ ਜਾਂ ਰੰਗ ਮੰਚ 'ਤੇ ਖੇਡਣ ਦੇ ਨਾਲ ਵਿਦਿਆਰਥੀ ਆਪਣੇ ਜੀਵਨ ਦੇ ਵਿੱਚ ਕੀ ਤਬਦੀਲੀਆਂ ਲਿਆ ਸਕਦੇ ਆ, ਜਾਂ ਉਹਨਾਂ ਦੇ ਜੀਵਨ ਦੇ ਵਿੱਚ ਕੀ ਹੋਰ ਵਧੀਆ ਵਾਪਰ ਸਕਦਾ। ਜੇ ਉਹਨਾਂ ਚੀਜ਼ਾਂ ਦੀ ਗੱਲ ਕਰੀਏ, ਉਹਨਾਂ ਉਦੇਸ਼ਾਂ ਨੂੰ ਲਈਏ ਤਾਂ ਬਹੁਤ ਸਾਰੇ ਇਸ ਦੇ ਵਿੱਚ ਵਿਦਿਆਰਥੀਆਂ ਦੇ ਸਿੱਖਣ ਲਈ ਇਸ ਸਾਹਿਤ ਰੂਪ ਦੇ ਜ਼ਰੀਏ ਉਹ ਆਪਣੇ ਜੀਵਨ ਨੂੰ ਹੋਰ ਚੰਗੇਰਾ ਬਣਾ ਸਕਦੇ ਆ। ਜੇ ਜ਼ਿੰਦਗੀ ਸੰਬੰਧੀ ਅਸੀਂ ਉਦੇਸ਼ਾਂ ਦੀ ਗੱਲ ਕਰੀਏ ਤਾਂ ਇਕਾਂਗੀ ਸਾਹਿਤ ਰੂਪ ਦੇ ਨਾਲ ਜੁੜ ਕੇ ਇਹ ਅਜਿਹਾ ਸਾਹਿਤ ਰੂਪ ਹੈ ਜੋ ਰੰਗ ਮੰਚ 'ਤੇ ਖੇਡਿਆ ਜਾਂਦਾ, ਥੋੜ੍ਹੇ ਜਿਹੇ ਸਮੇਂ ਦੇ ਵਿੱਚ ਸਟੇਜਾਂ ਦੇ ਉੱਪਰ ਇਸ ਦੀ ਪੇਸ਼ਕਾਰੀ ਹੋ ਜਾਂਦੀ ਆ ਅਤੇ ਵਿਸ਼ੇ ਜਿਹੜੇ ਨੇ ਉਹ ਆਮ ਜੀਵਨ ਦੇ ਨਾਲ ਜੁੜੇ ਹੁੰਦੇ ਨੇ, ਜ਼ਿੰਦਗੀ ਦੀਆਂ ਅਸਲ ਘਟਨਾਵਾਂ ਦੇ ਨਾਲ ਜੁੜੇ ਹੁੰਦੇ ਨੇ। ਇਸ ਸਾਹਿਤ ਰੂਪ ਦੇ ਰਾਹੀਂ ਵਿਦਿਆਰਥੀ ਰੋਜ਼ਾਨਾ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਦੇ ਯੋਗ ਬਣ ਜਾਂਦੇ ਨੇ। ਉਹਨਾਂ ਦੀ ਰੋਜ਼ ਦੀ ਜ਼ਿੰਦਗੀ ਦੇ ਵਿੱਚ ਜੋ ਕੋਈ ਵੀ ਹਾਲਾਤ ਉਹਨਾਂ ਦੇ ਦਰਪੇਸ਼ ਆਉਣ ਵਾਲੇ ਨੇ ਉਹ ਇਕਾਂਗੀ ਸਾਹਿਤ ਰੂਪ ਦੇ ਨਾਲ ਜੁੜੇ ਹੋਣਗੇ ਤਾਂ ਉਹਨਾਂ ਸਮੱਸਿਆਵਾਂ ਨੂੰ ਨਜਿੱਠਣ ਵਾਲੇ ਉਹਨਾਂ ਦੇ ਹੱਲ ਕਰਨੇ ਸਿੱਖ ਜਾਂਦੇ ਨੇ। ਜ਼ਿੰਦਗੀ ਦੀਆਂ ਭਿੰਨ ਭਿੰਨ ਹਾਲਾਤਾਂ ਦਾ ਗਿਆਨ ਹੋ ਜਾਂਦਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਜੀਵਨ ਨੂੰ ਸੁਚਾਰੂ ਰੂਪ ਦੇ ਨਾਲ, ਸੁਚਾਰੂ ਢੰਗ ਦੇ ਨਾਲ ਚਲਾ ਸਕਦੇ ਆ। ਰਾਜਨੀਤਿਕ, ਸਮਾਜਿਕ, ਨੈਤਿਕ ਸਮੱਸਿਆਵਾਂ ਦੀ ਸਿੱਖਿਆ ਉਹਨਾਂ ਨੂੰ ਇਕਾਂਗੀ ਦੇ ਵਿਸ਼ਿਆਂ ਦੇ ਰਾਹੀਂ ਹੋ ਜਾਂਦੀ ਆ। ਘਰੇਲੂ ਵਿਵਹਾਰ ਦੀ ਸਿੱਖਿਆ, ਘਰਾਂ ਦੇ ਵਿੱਚ ਸਾਡਾ ਇੱਕ ਦੂਸਰੇ ਦੇ ਪ੍ਰਤੀ ਵਿਵਹਾਰ, ਵਰਤਾਵਾ ਕਿਹੋ ਜਿਹਾ ਹੋਣਾ ਚਾਹੀਦਾ, ਇਹ ਸਾਰੀ ਸਿੱਖਿਆਵਾਂ ਵੀ ਇਸ ਸਾਹਿਤ ਰੂਪ ਦੇ ਰਾਹੀਂ ਵਿਦਿਆਰਥੀ ਹਾਸਿਲ ਕਰ ਸਕਦੇ ਆ, ਕਰ ਲੈਂਦੇ ਨੇ। ਦੇਸ਼, ਕਾਲ ਅਤੇ ਹਾਲਤਾਂ ਅਨੁਸਾਰ ਵਿਵਹਾਰ ਕਰਨ ਦੀ ਜਾਣਕਾਰੀ ਵਿਦਿਆਰਥੀਆਂ ਨੂੰ ਮਿਲ ਜਾਂਦੀ ਆ। ਦੇਸ਼ ਦੇ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ, ਅਜੋਕੇ ਸਮੇਂ ਵਿੱਚ ਕੀ ਹਾਲਾਤ ਨੇ, ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਆ ਰਹੀਆਂ, ਕਿਸ ਤਰ੍ਹਾਂ ਦਾ ਯੁੱਗ ਚੱਲ ਰਿਹਾ, ਹਰ ਇੱਕ ਹਾਲਤ ਅਨੁਸਾਰ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਜੀਵਨ ਦੇ ਵਿੱਚ ਵਿਚਰਨਾ, ਇਹ ਸਾਰੇ ਉਦੇਸ਼ਾਂ ਦੀ ਪੂਰਤੀ ਇਕਾਂਗੀ ਸਾਹਿਤ ਰੂਪ ਦੇ ਰਾਹੀਂ ਹੁੰਦੀ ਆ। ਫਿਰ ਕੌਸ਼ਲ ਸੰਬੰਧੀ ਕਿਹੜੀਆਂ ਖਾਸ ਗੁਣਾਂ ਦਾ ਵਾਧਾ ਵਿਦਿਆਰਥੀਆਂ ਵਿੱਚ ਹੋ ਸਕਦਾ ਇਸ ਸਾਹਿਤ ਰੂਪ ਦੇ ਜ਼ਰੀਏ? ਸ਼ਬਦਾਵਲੀ ਉਪਯੋਗ ਕਰਨ ਦੇ ਯੋਗ ਬਣ ਜਾਂਦੇ ਨੇ ਵਿਦਿਆਰਥੀ, ਸ਼ਬਦਾਂ ਦੇ ਨਾਲ ਜੁੜਿਆ ਹੋਇਆ ਸਾਹਿਤ ਰੂਪ, ਸ਼ਬਦਾਂ ਦੀ ਵਰਤੋਂ, ਸ਼ਬਦਾਵਲੀ ਨੂੰ ਉਪਯੋਗ ਕਰਨਾ ਉਹ ਇਕਾਂਗੀ ਸਾਹਿਤ ਰੂਪ ਦੇ ਰਾਹੀਂ ਵਿਦਿਆਰਥੀ ਸਿੱਖਦੇ ਨੇ, ਕਿਉਂਕਿ ਰੰਗ ਮੰਚ ਦੇ ਉੱਪਰ ਜਦੋਂ ਇਹ ਸਾਹਿਤ ਰੂਪ ਦੀ ਪੇਸ਼ਕਾਰੀ ਹੁੰਦੀ ਆ ਤਾਂ ਇੱਕ ਦੂਸਰੇ ਦੇ ਨਾਲ ਵਾਰਤਾਲਾਪ, ਪਾਤਰਾਂ ਦੇ ਸੰਵਾਦ ਸੁਣ ਕੇ, ਬੋਲ ਕੇ, ਉਚਾਰ ਕੇ ਸ਼ਬਦਾਵਲੀ ਉਪਯੋਗ ਕਰਨ ਦੇ ਯੋਗ ਵਿਦਿਆਰਥੀ ਬਣ ਜਾਂਦੇ ਨੇ ਅਤੇ ਉਹਨਾਂ ਦੇ ਵਿੱਚ ਚਾਰੇ ਕੌਸ਼ਲ, ਮੌਖਿਕ ਉਚਾਰਨ ਕਰਨਾ, ਫਿਰ ਸੁਣਨਾ, ਲਿਖਣਾ ਅਤੇ ਅਭਿਨੇ ਜਦੋਂ ਸਟੇਜ ਦੇ ਉੱਪਰ ਖੁਦ ਇਸ ਸਾਹਿਤ ਰੂਪ ਨੂੰ ਨਿਭਾਉਣਗੇ ਤਾਂ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਗੁਣ ਨੇ ਉਹ ਆਪਣੇ ਆਪ ਹੀ ਆ ਜਾਂਦੇ ਨੇ। ਨਾਟਕ ਮੰਚਨ ਦੀਆਂ ਤਕਨੀਕਾਂ ਤੋਂ ਜਾਣੂ ਹੋ ਜਾਂਦੇ ਨੇ, ਇਹ ਵੀ ਇੱਕ ਚੰਗਾ ਉਦੇਸ਼ ਹੈ। ਵਿਦਿਆਰਥੀ
ਪੜ੍ਹਨ ਦੇ ਨਾਲ ਨਾਲ ਜਦੋਂ ਰੰਗ ਮੰਚ 'ਤੇ ਇਸ ਸਾਹਿਤ ਰੂਪ ਨੂੰ ਸਾਕਾਰ ਕਰਨਗੇ ਤਾਂ ਉਹ ਨਾਟਕ ਮੰਚਣ ਦੀਆਂ ਵਿਭਿੰਨ ਤਕਨੀਕਾਂ ਤੋਂ ਜਾਣੂ ਹੋ ਜਾਂਦੇ ਆ। ਫਿਰ ਉਹਨਾਂ ਦੇ ਵਿੱਚ ਨਿਰੀਖਣ, ਕਲਪਨਾ ਅਤੇ ਵਿਵੇਚਨ ਸ਼ਕਤੀ ਨੂੰ ਪ੍ਰਫੁੱਲਿਤ ਕਰਨ ਵਰਗੇ ਗੁਣ ਜਿਹੜੇ ਨੇ ਉਹ ਵੀ ਆਉਂਦੇ ਨੇ। ਹਰ ਇੱਕ ਚੀਜ਼ ਨੂੰ ਪਰਖਣਾ, ਕਿਸ ਤਰੀਕੇ ਦੇ ਨਾਲ ਵਿਸ਼ੇ ਜਿਹੜੇ ਆ ਉਸ ਦੇ ਉੱਪਰ ਹੋਰ ਸੋਚਣਾ, ਨਾਟਕ ਆਲੋਚਨਾ ਦੇ ਯੋਗ ਬਣ ਜਾਂਦੇ ਨੇ। ਜਦੋਂ ਇਸ ਸਾਹਿਤ ਰੂਪ ਦੇ ਨਾਲ ਜੁੜਦੇ ਨੇ ਤਾਂ ਆਲੋਚਨਾ ਕਰ ਸਕਦੇ ਨੇ ਕਿ ਇਹਦੇ ਵਿੱਚ ਕੀ ਵਧੀਆ ਸੀ, ਕੀ ਇਹਦੇ ਵਿੱਚ ਹੋਰ ਚੰਗਾ ਹੋ ਸਕਦਾ ਸੀ। ਇਸ ਤਰ੍ਹਾਂ ਦੇ ਨਾਲ ਵਿਦਿਆਰਥੀ ਦੇ ਵਿੱਚ ਇਹ ਜਿਹੜਾ ਕੌਸ਼ਲ ਹੈ ਆਲੋਚਨਾ ਦਾ ਗੁਣ, ਨਾਟਕ ਆਲੋਚਨਾ ਦੇ ਯੋਗ ਉਹ ਬਣ ਜਾਂਦੇ ਨੇ। ਸ਼ਬਦ ਭੰਡਾਰ ਦੇ ਵਿੱਚ ਵਾਧਾ ਹੁੰਦਾ, ਮੁਹਾਵਰਿਆਂ ਅਤੇ ਅਖਾਣਾਂ ਦੀ ਵਰਤੋਂ ਜਦੋਂ ਰੰਗ ਮੰਚ 'ਤੇ ਦੇਖਦੇ ਨੇ, ਸੁਣਦੇ ਨੇ, ਮਹਿਸੂਸ ਕਰਦੇ ਨੇ ਤਾਂ ਉਹਨਾਂ ਦੇ ਸ਼ਬਦ ਭੰਡਾਰ ਦੇ ਵਿੱਚ ਵੀ ਵਾਧਾ ਹੋ ਜਾਂਦਾ। ਸੋ ਅਗਲਾ ਜਿਹੜਾ ਉਦੇਸ਼ ਹੈ ਉਹ ਹੈ ਉਹਨਾਂ ਦੀ ਰੁਚੀ ਸੰਬੰਧੀ ਉਦੇਸ਼, ਉਹਨਾਂ ਦੇ ਇੰਟਰਸਟ, ਉਹਨਾਂ ਦਾ ਮਨ ਕਿਸ ਪਾਸੇ ਜੁੜਿਆ ਜਾ ਸਕਦਾ ਜਾਂ ਜੁੜ ਜਾਂਦਾ ਇਸ ਸਾਹਿਤ ਰੂਪ ਦੇ ਜ਼ਰੀਏ। ਸਾਹਿਤ ਵੱਲ ਰੁਚੀ, ਸਾਹਿਤ ਵਾਲੇ ਪਾਸੇ ਦਿਲਚਸਪੀ ਉਹਨਾਂ ਦੀ ਬਣ ਜਾਂਦੀ ਆ ਇਸ ਸਾਹਿਤ ਰੂਪ ਦੇ ਨਾਲ ਜੁੜ ਕੇ। ਫਿਰ ਉਹਨਾਂ ਨੂੰ ਨਾਟ ਪ੍ਰਵਿਰਤੀਆਂ ਦੀ ਜਾਣਕਾਰੀ ਲੈਣ ਦਾ ਸੁਭਾਅ ਪੈਦਾ ਹੋ ਜਾਂਦਾ। ਜਦੋਂ ਸਕੂਲ ਪੱਧਰ ਦੇ ਉੱਤੇ ਹੀ ਵਿਦਿਆਰਥੀ ਇਸ ਸਾਹਿਤ ਰੂਪ ਦੇ ਨਾਲ ਜੁੜਦੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਸ਼ੌਂਕ ਪੈਦਾ ਹੋ ਜਾਂਦਾ ਕਿ ਹੋਰ ਕਿਸ ਤਰ੍ਹਾਂ ਦੇ ਵਿਸ਼ੇ ਹੋ ਸਕਦੇ ਆ, ਹੋਰ ਕਿਸ ਤਰ੍ਹਾਂ ਦੇ ਸਾਹਿਤ ਰੂਪ ਹੈ, ਹੋਰ ਕਿਸ ਤਰ੍ਹਾਂ ਦੇ ਨਾਟਕ ਜਿਹੜੇ ਆ ਉਹ ਖੇਡੇ ਜਾ ਸਕਦੇ ਆ। ਸੋ ਉਹ ਨਾਟਕ ਦੇ ਵਿੱਚ ਜਾਂ ਇਕਾਂਗੀ ਸਾਹਿਤ ਰੂਪ ਦੇ ਵਿੱਚ ਕਿਸ ਤਰੀਕੇ ਦੀਆਂ ਹੋਰ ਪ੍ਰਵਿਰਤੀਆਂ ਚੱਲ ਰਹੀਆਂ ਨੇ, ਕਿਸ ਤਰ੍ਹਾਂ ਹੋਰ ਲਿਖਿਆ ਜਾਂਦਾ, ਉਹਨਾਂ ਦੀ ਜਾਣਕਾਰੀ ਲੈਣ ਵੱਲ ਰੁਚਿਤ ਹੋ ਉੱਠਦੇ ਆ। ਨਾਚ, ਸੰਗੀਤ, ਚਿੱਤਰਕਲਾ ਆਦਿ ਕਲਾਵਾਂ ਦੇ ਵਿੱਚ ਵੀ ਉਹਨਾਂ ਦੀ ਰੁਚੀ ਆ ਜਾਂਦੀ ਆ। ਬੱਚਿਓ, ਚਾਹੇ ਇਕਾਂਗੀ ਸਾਹਿਤ ਰੂਪ ਰੰਗਮੰਚ 'ਤੇ ਖੇਡਿਆ ਜਾਂਦਾ, ਇਹਦੇ ਵਿੱਚ ਅਭਿਨੇ, ਐਕਟਿੰਗ, ਅਦਾਕਾਰੀ ਮੁੱਖ ਰੂਪ ਦੇ ਵਿੱਚ ਚੱਲਦੀ ਹੈ, ਪਰ ਨਾਲੋਂ ਨਾਲ ਕੁਛ ਮਿਸ਼ਰਤ ਕਲਾਵਾਂ ਵਿਸ਼ੇ ਦੀ ਲੋੜ ਮੁਤਾਬਕ, ਨਾਚ, ਸੰਗੀਤ, ਚਿੱਤਰਕਲਾ ਇਹ ਸਭ ਕੁਛ ਵੀ ਨਾਲੋਂ ਨਾਲ ਹੁੰਦਾ ਅਤੇ ਵਿਦਿਆਰਥੀ ਇਹਨਾਂ ਕਲਾਵਾਂ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਰੁਚੀ ਆ, ਉਹਨਾਂ ਦੀ ਦਿਲਚਸਪੀ ਜਿਹੜੀ ਆ ਉਹ ਬਣ ਜਾਂਦੀ ਆ। ਫਿਰ ਅਗਲਾ ਇੱਕ ਬਹੁਤ ਮਹੱਤਵਪੂਰਨ ਉਦੇਸ਼ ਹੈ ਜੋ ਇਸ ਸਾਹਿਤ ਰੂਪ ਦੇ ਰਾਹੀਂ ਬੜਾ ਸੌਖਿਆ ਹੀ ਪੂਰਿਆ ਜਾ ਸਕਦਾ, ਚਰਿੱਤਰ ਵਿਕਾਸ ਸੰਬੰਧੀ ਉਦੇਸ਼। ਅੱਜ ਸਮੇਂ ਦੀ ਲੋੜ ਹੈ ਅਤੇ ਇਸ ਗੱਲ 'ਤੇ ਬਹੁਤ ਜ਼ਿਆਦਾ ਜ਼ੋਰ ਵੀ ਦਿੱਤਾ ਜਾਂਦਾ ਕਿ ਸਾਡੀ ਪੜ੍ਹਾਈ ਲਿਖਾਈ ਜਿਹੜੀ ਆ ਉਹ ਮੋਰਲ ਵੈਲਿਊਜ਼ ਦੇ ਉੱਤੇ, ਬੱਚਿਆਂ ਦਾ ਜਿਹੜੀ ਕਰੈਕਟਰ ਡਿਵੈਲਪਮੈਂਟ ਆ, ਉਹਨਾਂ ਦਾ ਚਰਿੱਤਰ ਜਿਹੜਾ ਉਹ ਚੰਗਾ ਹੋਵੇ, ਉਸ ਦੇ ਵਿਕਾਸ ਦੇ ਉੱਪਰ ਕੰਮ ਕੀਤਾ ਜਾਵੇ ਜਾਂ ਉਹਨਾਂ ਦਾ ਚਰਿੱਤਰ ਜਿਹੜਾ ਉਹ ਚੰਗੇਰੇ ਵਾਲੇ ਪਾਸੇ ਲਗਾਇਆ ਜਾਵੇ। ਸੋ ਇਸ ਉਹਨਾਂ ਦਾ ਜਿਹੜਾ ਆਪਣਾ ਇੱਕ ਵਿਕਾਸ ਹੁੰਦਾ ਇਸ ਸਾਹਿਤ ਰੂਪ ਦੇ ਰਾਹੀਂ, ਉਹ ਕਿਸ ਤਰੀਕੇ ਦੇ ਨਾਲ ਸਵੈ ਪ੍ਰਗਟਾਵਾ, ਹਰ ਬੱਚੇ, ਹਰ ਵਿਦਿਆਰਥੀ ਦੇ ਅੰਦਰ ਇੱਕ ਛੁਪੀ ਹੋਈ ਖਾਹਿਸ਼ ਹੈ, ਹਰ ਕੋਈ ਆਪਣੇ ਆਪ ਦਾ ਪ੍ਰਗਟਾਵਾ, ਸਵੈ ਪ੍ਰਦਰਸ਼ਨ ਦੀ ਇੱਛਾ, ਇਹ ਸਾਰੀਆਂ ਇੱਛਾਵਾਂ ਦੀ ਤ੍ਰਿਪਤੀ, ਇਹ ਸਾਰੇ ਜਿਹੜੀਆਂ ਉਹਨਾਂ ਦੀ ਸੋਚਾਂ ਉਸ ਦੀ ਪੂਰਤੀ ਹੁੰਦੀ ਆ ਜਦੋਂ ਉਹ ਰੰਗ ਮੰਚ ਦੇ ਉੱਪਰ ਇਸ ਸਾਹਿਤ ਰੂਪ ਦੇ ਨਾਲ ਜੁੜਦੇ ਆ ਤਾਂ ਆਪਣੇ ਆਪ ਨੂੰ ਵੀ ਪ੍ਰਗਟਾਉਂਦੇ ਆ। ਖੁਦ ਨੂੰ ਦਰਸਾਉਣ ਦਾ ਵੀ ਇੱਕ ਜ਼ਰੀਆ ਮਿਲਦਾ ਕਿ ਉਹ ਕਿਸ ਤਰ੍ਹਾਂ ਕਿਹੜੇ ਫੀਲਡ ਦੇ ਵਿੱਚ ਚੰਗੇ ਆ। ਮਨੋਭਾਵਾਂ ਦਾ ਪਰਿਵਰਤਨ ਹੁੰਦਾ, ਉਹਨਾਂ ਜਿਹੜੇ ਮਨ ਦੇ ਅਹਿਸਾਸ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਪ੍ਰਗਟਾਵਾ ਵੀ ਹੁੰਦਾ, ਉਹਨਾਂ ਦੇ ਵਿੱਚ ਤਬਦੀਲੀਆਂ ਵੀ ਆਉਂਦੀਆਂ ਜਦੋਂ ਉਹ ਇਕਾਂਗੀ ਦੇ ਨਾਇਕ ਦੇ ਨਾਲ ਜਾਂ ਇਕਾਂਗੀ ਦੇ ਪਾਤਰਾਂ ਦੇ ਨਾਲ ਜੁੜਦੇ ਆ ਅਤੇ ਉਸੇ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਮਨਾਂ ਦੇ ਅਹਿਸਾਸ ਹੁੰਦੇ ਆ। ਫਿਰ ਆਪਸੀ ਸਹਿਯੋਗ ਦੀ ਭਾਵਨਾ, ਇੱਕ ਦੂਜੇ ਦੇ ਨਾਲ ਰਲ ਕੇ ਅਭਿਨੇ ਕਰਨਾ, ਰਲ ਕੇ ਸੰਵਾਦ ਬੋਲਣੇ, ਇੱਕ ਦੂਜੇ ਦੇ ਨਾਲ ਜੁੜ ਕੇ ਟੀਮ ਦੀ ਤੌਰ 'ਤੇ ਕੰਮ ਕਰਨਾ, ਉਹ ਭਾਵਨਾ, ਉਹ ਅਹਿਸਾਸ ਉਹਨਾਂ ਦੇ ਅੰਦਰ ਆਪਣੇ ਆਪ ਹੀ ਜਾਗਦੇ ਨੇ। ਫਿਰ ਸਿਹਤਮੰਦ ਮਨੋਰੰਜਨ ਹੁੰਦਾ ਇਸ ਸਾਹਿਤ ਰੂਪ ਦੇ ਰਾਹੀਂ, ਅਤੇ ਮਨੋਰੰਜਨ ਦੇ ਨਾਲ ਨਾਲ ਉਹਨਾਂ ਨੂੰ ਸਿੱਖਣ ਦੇ ਬਹੁਤ ਮੌਕੇ ਆ, ਉਹ ਸਿੱਖਿਆ ਜਿਹੜੀ ਉਹਨਾਂ ਦੇ ਚਰਿੱਤਰ ਦਾ ਵਿਕਾਸ ਕਰਦੀ ਆ, ਜਿਹੜਾ ਉਹਨਾਂ ਦੇ ਸੁਭਾਅ ਨੂੰ ਚੰਗਾ ਬਣਾਉਂਦਾ, ਅਜਿਹੇ ਵਿਸ਼ੇ ਜਿਹੜੇ ਸਮਾਜ ਨੂੰ ਸੇਧ ਦਿੰਦੇ ਆ, ਚੰਗੇਰੇ ਪਾਸੇ ਲੈ ਕੇ ਜਾਂਦੇ ਆ। ਜਦੋਂ ਇਹਨਾਂ ਦੇ ਨਾਲ ਬੱਚੇ ਜੁੜਦੇ ਨੇ ਤਾਂ ਉਹਨਾਂ ਦੀ ਆਪਣੇ ਚਰਿੱਤਰ ਦਾ ਵੀ ਵਿਕਾਸ ਹੁੰਦਾ ਅਤੇ ਨਾਲ ਦੀ ਨਾਲ ਮਨੋਰੰਜਨ ਵੀ ਹੁੰਦਾ। ਹੁਣ ਜੇ ਅਸੀਂ ਗੱਲ ਕਰੀਏ ਬੱਚਿਓ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਜਾਂ ਅਧਿਆਪਕ ਸਿੱਖਿਆ ਪ੍ਰਣਾਲੀ ਦੇ ਵਿੱਚ ਇਸ ਸਾਹਿਤ ਰੂਪ ਨੂੰ ਕਿਸ ਤਰ੍ਹਾਂ ਵਰਤ ਸਕਦੇ ਆ ਜਾਂ ਵਰਤਦੇ ਨੇ, ਉਹ ਵੀ ਇੱਕ ਇਸ ਸਾਹਿਤ ਰੂਪ ਦਾ
ਇਸ ਇਕਾਂਗੀ ਸਾਹਿਤ ਰੂਪ ਦਾ ਇੱਕ ਵਧੀਆ ਗੁਣ ਆ ਜਾਂ ਇੱਕ ਵਧੀਆ ਉਦੇਸ਼ ਹੈ ਕਿ ਸਿਖਾਉਣ ਦੇ ਵਿੱਚ ਇਹ ਸਾਡੀ ਮਦਦ ਕਰ ਸਕਦਾ। ਸਾਹਿਤਿਕ ਮਹੱਤਵ ਹੈ ਬੱਚਿਆਂ ਨੂੰ ਪੜ੍ਹਾਉਣ ਲਈ। ਅਸੀਂ ਸਿਰਫ ਲਿਖੇ ਪੜ੍ਹੇ ਜੋ ਸ਼ਬਦ ਨੇ ਉਹਨਾਂ ਦੀ ਪੜ੍ਹਾਈ, ਜਦੋਂ ਅਸੀਂ ਸਟੇਜ ਦੇ ਉੱਤੇ ਬੱਚਿਆਂ ਨੂੰ ਜਾਂ ਕਲਾਸ ਦੇ ਵਿੱਚ ਇਕਾਂਗੀ ਦੀ ਪੇਸ਼ਕਾਰੀ ਕਰਾਂਗੇ ਜਾਂ ਫਿਰ ਪੜ੍ਹਨ ਦੇ ਵੱਖੋ ਵੱਖਰੇ ਤਰੀਕੇ ਇਕਾਂਗੀ ਦੇ ਲਏ ਜਾਂਦੇ ਨੇ, ਤਾਂ ਅਸੀਂ ਉਹਨਾਂ ਨੂੰ ਅਮੂਰਤ ਤੋਂ ਸਮੂਰਤ ਵੱਲ ਲੈ ਜਾਂਦੇ ਹਾਂ ਅਤੇ ਉਹਨਾਂ ਦੇ ਸਾਹਮਣੇ ਸਾਕਾਰ ਹੁੰਦਾ ਸਾਰੇ ਦਾ ਸਾਰਾ ਵਿਸ਼ਾ, ਉਸ ਦੇ ਨਾਲ ਉਹ ਜੁੜਦੇ ਨੇ। ਅਤੇ ਜਿਵੇਂ ਕਹਿੰਦੇ ਆ ਕਿ ਆਡੀਓ ਵੀਡੀਓ ਜਿਹੜੀਆਂ ਏਡਸ ਨੇ ਅੱਜ ਕੱਲ੍ਹ ਸਿੱਖਿਆ ਦੇ ਖੇਤਰ ਦੇ ਵਿੱਚ, ਬੱਚੇ ਨੂੰ ਸਿਰਫ ਪੜ੍ਹਾਏ ਤੋਂ ਸਿਰਫ ਥਿਊਰੀ ਪੜ੍ਹਾਉਣ ਤੋਂ ਇਲਾਵਾ ਨਾਲ ਦੀ ਨਾਲ ਜੇ ਉਹਨੂੰ ਕੁਛ ਦਿਖਾਇਆ ਜਾਵੇ, ਕੁਛ ਸੁਣਾਇਆ ਜਾਵੇ, ਤਾਂ ਉਹ ਉਸ ਵਿਸ਼ੇ ਦੇ ਨਾਲ ਜ਼ਿਆਦਾ ਜੁੜਦੇ ਨੇ। ਇਹ ਜਿਹੜਾ ਸਾਹਿਤ ਰੂਪ ਹੈ ਇਹ ਇੱਕ ਬਹੁਤ ਵਧੀਆ ਜ਼ਰੀਆ ਬਣਦਾ ਕਿਉਂਕਿ ਇਹਦੇ ਵਿੱਚ ਸਾਰੇ ਚੀਜ਼ਾਂ ਹੋ ਰਹੀਆਂ। ਇਹਦੇ ਵਿੱਚ ਅਸੀਂ ਪੜ੍ਹਨਾ ਵੀ ਆ, ਸੁਣਨਾ ਵੀ ਆ, ਦਿਖਾਉਣਾ ਵੀ ਆ ਅਤੇ ਮੰਨਣਾ ਵੀ ਆ। ਸਭ ਕੁਛ ਇਸ ਸਾਹਿਤ ਰੂਪ ਦੇ ਰਾਹੀਂ ਜਿਹੜਾ ਉਹ ਕੀਤਾ ਜਾ ਸਕਦਾ। ਇਹ ਸਾਹਿਤ ਰੂਪ ਜਿਹੜਾ ਉਹ ਗਿਆਨ ਵਰਧਕ ਆ, ਪੜ੍ਹੇ ਲਿਖੇ ਅਤੇ ਅਨਪੜ੍ਹ ਦੋਵੇਂ ਇਸ ਸਾਹਿਤ ਰੂਪ ਦੇ ਰਾਹੀਂ ਗਿਆਨ ਹਾਸਲ ਕਰ ਸਕਦੇ ਆ। ਕਿਉਂਕਿ ਜਿੱਥੇ ਇਹਦੇ ਵਿੱਚ ਸ਼ਬਦਾਂ ਦੀ ਕਲਾ ਸਾਹਿਤ ਰੂਪ ਹੈ, ਜਿਹੜੇ ਪੜ੍ਹੇ ਲਿਖੇ ਨੇ ਉਹ ਪੜ੍ਹ ਸਕਦੇ ਨੇ, ਪਰ ਜਦੋਂ ਸਟੇਜ 'ਤੇ ਪੇਸ਼ਕਾਰੀ ਆ ਤਾਂ ਅੱਖਾਂ ਅਤੇ ਕੰਨ ਉਹਨਾਂ ਦੇ ਰਾਹੀਂ ਵੀ ਸਿੱਖਿਆ ਜਾ ਸਕਦਾ, ਗਿਆਨ ਲਿਆ ਜਾ ਸਕਦਾ ਅਤੇ ਜਿਹੜੇ ਸ਼ਬਦਾਂ ਤੋਂ ਨਹੀਂ ਜਾਣੂ ਉਹ ਵੀ ਗਿਆਨ ਹਾਸਲ ਕਰ ਸਕਦੇ ਨੇ। ਸੋ ਸਿਖਾਉਣ ਦੇ ਲਈ ਇਹ ਇੱਕ ਬਹੁਤ ਵਧੀਆ ਜਿਹੜਾ ਸਾਹਿਤ ਰੂਪ ਹੈ। ਭਾਸ਼ਾ ਸਿੱਖਿਆ ਦੇ ਵਿੱਚ ਸਹਾਇਕ ਹੁੰਦਾ, ਭਾਸ਼ਾ ਨੂੰ ਸਿਖਾਉਣ ਵਾਸਤੇ ਇਹ ਸਾਡੇ ਜਿਹੜੇ ਚਾਰੇ ਕੌਸ਼ਲ ਨੇ ਉਹਨਾਂ ਦੇ ਵਿੱਚ ਪਰਪੱਕਤਾ ਲਿਆਉਣ ਦੇ ਵਾਸਤੇ ਇਹ ਸਾਹਿਤ ਰੂਪ ਸਹਾਈ ਹੁੰਦਾ। ਮੌਖਿਕ ਉਚਾਰਨ ਉਚਾਰਨ ਕਰਨਾ, ਬੋਲਣਾ, ਸੁਣਨਾ, ਫਿਰ ਲਿਖਣਾ, ਅਭਿਨੈ ਕਰਨਾ, ਇਹ ਸਾਰੇ ਜਿਹੜੇ ਕੌਸ਼ਲ ਨੇ, ਇਹ ਸਾਰੇ ਜਿਹੜੇ ਗੁਣ ਨੇ ਉਹਨਾਂ ਦੇ ਵਿੱਚ ਇਸ ਪਰਪੱਕਤਾ ਹਾਸਲ ਕੀਤੀ ਜਾ ਸਕਦੀ ਹੈ ਇਸ ਸਾਹਿਤ ਰੂਪ ਦੇ ਰਾਹੀਂ। ਫਿਰ ਕਈ ਸਾਰੀਆਂ ਕਲਾਵਾਂ ਦਾ ਗਿਆਨ ਇਸ ਸਾਹਿਤ ਰੂਪ ਦੇ ਰਾਹੀਂ ਹੋ ਸਕਦਾ, ਮਿਸ਼ਰਤ ਕਲਾਵਾਂ, ਨਾ ਸਿਰਫ ਇੱਕੋ ਹੀ ਚੀਜ਼ ਕਿ ਪੜ੍ਹਨਾ ਜਾਂ ਸਿਰਫ ਪੜ੍ਹਨ ਦਾ ਗੁਣ ਜਾਂ ਉਚਾਰਨ ਦਾ ਗੁਣ, ਜਦੋਂ ਕਿ ਇਹਦੇ ਵਿੱਚ ਨਾਲ ਨਾਲ ਨਾਚ, ਸੰਗੀਤ, ਅਭਿਨੇ, ਹੋਰ ਕਈ ਸਾਰੇ ਖੇਤਰ, ਰੌਸ਼ਨੀ ਅਤੇ ਆਵਾਜ਼, ਇਹ ਸਭ ਚੀਜ਼ਾਂ ਦੀ ਵੀ ਲੋੜ ਪੈਂਦੀ ਹੈ ਰੰਗ ਮੰਚ ਦੇ ਉੱਪਰ, ਅਤੇ ਇਹ ਸਾਰੀਆਂ ਕਲਾਵਾਂ ਦਾ ਗਿਆਨ ਵੀ ਹੋ ਜਾਂਦਾ। ਨੈਤਿਕ ਵਿਕਾਸ ਹੁੰਦਾ, ਆਪਾਂ ਪਿੱਛੇ ਹੀ ਗੱਲ ਕਰ ਆਏ ਹਾਂ ਕਿ ਕਿਸ ਤਰ੍ਹਾਂ ਬੱਚਿਆਂ ਦੇ ਵਿੱਚ ਜਿਹੜਾ ਉਹਨਾਂ ਦਾ ਕਰੈਕਟਰ ਡਿਵੈਲਪਮੈਂਟ ਹੈ, ਚਰਿੱਤਰ ਦਾ ਵਿਕਾਸ ਹੈ, ਉਹ ਇਸ ਸਾਹਿਤ ਰੂਪ ਦੇ ਰਾਹੀਂ ਕਰਵਾਇਆ ਜਾ ਸਕਦਾ ਜਾਂ ਹੋ ਜਾਂਦਾ। ਸਿੱਖਿਆ ਦਾ ਮਹੱਤਵਪੂਰਨ ਸਾਧਨ ਬਣਦਾ ਇਹ ਸਾਹਿਤ ਰੂਪ, ਕਿਉਂਕਿ ਅੱਡ ਅੱਡ ਵਿਸ਼ਿਆਂ ਦੇ ਵਿੱਚ ਸਹਿ ਸੰਬੰਧ ਜਿਹੜੇ ਆ ਉਹ ਸਥਾਪਿਤ ਕੀਤੇ ਜਾ ਸਕਦੇ ਨੇ। ਵਿਸ਼ੇ ਇਕਾਂਗੀ ਦੇ ਵੱਖੋ ਵੱਖਰੇ ਹੋ ਸਕਦੇ ਨੇ ਅਤੇ ਕਈ ਸਾਰੇ ਵਿਸ਼ਿਆਂ ਦੇ ਵਿੱਚ ਆਪਸ ਦੇ ਵਿੱਚ ਸਹਿ ਸੰਬੰਧ ਜਿਹੜੇ ਆ ਸਥਾਪਿਤ ਕਰਕੇ ਸਿੱਖਿਆ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ। ਦੋ ਤਿੰਨ ਵਿਸ਼ਿਆਂ ਨੂੰ ਇਕੱਠੇ ਕਰਕੇ ਇੱਕ ਇਸੇ ਸਾਹਿਤ ਰੂਪ ਦੇ ਰਾਹੀਂ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ। ਫਿਰ ਜੇ ਗੱਲ ਕਰੀਏ ਕਿ ਇਸ ਸਾਹਿਤ ਰੂਪ ਦਾ ਕਿੱਤਾਕਾਰੀ ਦੇ ਵਿੱਚ ਵੀ ਮਹੱਤਵ ਆ, ਬੱਚੇ ਆਪਣਾ ਕੈਰੀਅਰ ਅਡੋਪਟ ਕਰਨ ਦੇ ਲਈ, ਆਪਣਾ ਪ੍ਰੋਫੈਸ਼ਨ ਚੁਣਨ ਦੇ ਲਈ ਵੀ ਇਸ